ਹੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ, ਤੇ ਅਸੀਂ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਅੱਜ ਦੁਬਾਰਾ ਤੋਂ ਦੂਸਰੀ ਕਿਸ਼ਤ ਦੇ ਵਿੱਚ ਹਾਜ਼ਰ ਹੋਏ। ਜਿੱਥੇ ਗੱਲਾਂ ਛੱਡੀਆਂ ਸੀ ਉੱਥੋਂ ਸ਼ੁਰੂਆਤ ਕਰ ਦੇਣੀ ਜੀ, ਅੱਜ ਉੱਥੋਂ ਸ਼ੁਰੂਆਤ ਕਰ ਦੇਣੀ ਹੈ ਤੇ ਸਾਡੇ ਦੋਵਾਂ ਦੇ ਨਾਲ ਨੇ ਦੁਬਾਰਾ ਤੋਂ ਬਾਬੂ ਸਿੰਘ ਮਾਨ ਹੋਏ ਜੀ। ਮਾਨ ਸਾਹਿਬ, ਦੁਬਾਰਾ ਤੋਂ ਤੁਹਾਡਾ ਸਵਾਗਤ ਫਿਰ ਤੁਹਾਡਾ, ਤੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨਾ, ਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਲਵਲੇ ਪੈਦਾ ਹੋਏ ਆ ਵੀ ਹੋਰ ਸੁਣੀਏ। ਆ ਜਦੋਂ ਕੈਮਰੇ ਬੰਦ ਸੀਗੇ ਤੇ ਉਦੋਂ ਤੁਸੀਂ ਕੁਛ ਕੁ ਗੱਲਾਂ ਸੁਣਾਈਆਂ ਤੇ ਹੱਸ ਹੱਸ ਕੇ ਨਾ ਦੂਰੇ ਹੋ ਗਏ। ਉਹਨਾਂ ਦੇ ਵਿੱਚ ਜਿਹੜੀ ਇੱਕ ਗੱਲ ਸੀ, ਕਿਉਂਕਿ ਆਪਾਂ ਸਾਰੇ ਪਰਿਵਾਰਕ ਮੈਂਬਰ ਹੀ ਆਂ, ਬਈ ਜਿਹੜਾ ਤੁਹਾਡੇ ਪੈਰ ਪੱਟਣ ਨੂੰ ਫਿਰਦਾ ਸੀਗਾ ਨਵੇਂ ਪੂਰ ਦਾ ਗਾਇਕ, ਉਹ ਵੀ ਸੁਣਾ ਹੀ ਦਿਓ। ਨਹੀਂ ਉਹ ਤਾਂ ਮੈਂ ਤੇਰੇ ਪ੍ਰੋਗਰਾਮ ਸੁਣਦਾ ਰਹਿਣਾ ਜੀ, ਤੂੰ ਨਵੇਂ ਕਲਾਕਾਰਾਂ ਬਾਰੇ ਕਾਫੀ ਕੁਛ ਬੋਲਦਾ। ਤੁਸੀਂ ਮੈਨੂੰ ਪੁੱਛੋਗੇ ਵੀ ਕੋਈ ਹੁਣ ਵੀ ਗਾਣੇ ਵਾਲਾ ਕੋਈ ਆਇਆ ਜਾਂ ਲਿਖਣੇ ਛੱਡ ਦੇ, ਨਹੀਂ ਹੁਣ ਵੀ ਆਉਂਦੇ ਆ। ਹੁਣ ਉਹ ਇੱਕ ਮੁੰਡੇ ਨਾ ਬੜਾ ਫਿਰ ਫੋਨ ਕੀਤਾ, ਉਹਨਾਂ ਨੇ ਕਹੀਆਂ ਨੇ ਵੀ ਤੁਹਾਨੂੰ ਮਿਲਣਾ ਜੀ, ਮੈਂ ਇੰਗਲੈਂਡ ਗਿਆ ਤੁਹਾਨੂੰ ਮਿਲਣਾ ਜੀ ਬੜੀ ਦੂਰ। ਚਲੋ ਖੈਰ ਆ ਗਿਆ ਮੈਂ, ਤਾਂ ਉਹ 8-7 ਮੁੰਡੇ, 2 ਗੱਡੀਆਂ ਵੱਡੀਆਂ ਉਹਨਾਂ ਕੋਲ ਮਹਿੰਗੇ ਮੁੱਲ ਵਾਲੀਆਂ, ਉਹਦੇ ਵਿੱਚ ਆ ਕੇ ਮੁੰਡੇ ਉਹ ਬੈਠ ਕੇ ਮੇਰੇ ਕੋਲ। ਮੈਂ ਯਾਰ ਤੁਹਾਡੇ ਦਿਮਾਗ 'ਚ ਕਿਵੇਂ ਤੁਸੀਂ ਮੇਰਾ ਗਾਣਾ, ਨਹੀਂ ਸਾਡੇ ਪਹਿਲਾਂ ਤੋਂ ਖਸਰਤ ਹੈ ਅਤੇ ਗਾਣਾ ਤਾਂ ਉੱਥੋਂ ਹੀ ਕਰਨਾ। ਉਹ ਇੱਕ ਮੁੰਡਾ ਮੈਨੂੰ ਜਾਣਦਾ ਸੀ ਪਹਿਲਾਂ, ਤਾਂ ਉਹਨੇ ਜ਼ਿਆਦਾ ਕਰਮਿਸ ਕੀਤਾ ਹੋਣਾ, ਮੁੰਡੇ ਅੱਜ ਕੱਲ੍ਹ ਯੂਨੀਵਰਸਿਟੀ ਪੜ੍ਹਦੇ ਆ ਨਾ ਜਿਹੜੇ, ਉਹਨਾਂ ਨੂੰ ਸ਼ੌਕ ਹੈ, ਤਾਂ ਉਹ ਲੈ ਕੇ ਆਇਆ। ਤਾਂ ਮੈਂ ਕਿਸ ਤਰ੍ਹਾਂ ਮੁੰਡੇ ਨੂੰ ਪੁੱਛਾਂ ਕਿਹੜਾ ਗਾਉਂਦਾ, ਕਹਿੰਦੇ ਉਹ ਗਾਉਂਦਾ ਜੀ। ਤਾਂ ਮੈਂ ਕਿਸ ਤਰ੍ਹਾਂ ਦਾ ਕਾਕਾ ਗਾਣਾ ਤੂੰ ਗਾਏਗਾ, ਕਿਸ ਤਰ੍ਹਾਂ ਦਾ ਤੈਨੂੰ ਠੀਕ ਰਹੂਗਾ ਸਟਾਈਲ ਦੱਸੇ। ਤਾਂ ਅਗਰ ਮੈਨੂੰ ਤਾਂ ਪਤਾ ਨਹੀਂ ਬਹੁਤਾ, ਬਸ ਇਹੋ ਜਿਹਾ ਦੇ ਦਿਓ ਗਾਣਾ ਜਿਹਦੇ ਨਾਲ ਮੇਰੇ ਪੈਰ 'ਚ ਲੱਗ ਜਾਣ, ਪੈਰਾਂ ਪੈਰ ਲਾਉਣ ਵਾਲਾ ਗਾਣਾ। ਮੈਂ ਸੋਚਿਆ ਵੀ ਕਿਹੜਾ ਹੋਵੇ, ਮੈਂ ਕਰਤਵਰ ਗਾ ਕੇ ਸਰਾ। ਉਹਨੇ ਗਾਇਆ ਹੋਰ ਤਰ੍ਹਾਂ, ਫਿਰ ਦੂਜਾ ਗਾਇਆ ਉਹਨੇ, ਮੈਂ ਸੁਣਿਆ। ਉਹ ਮੁੰਡਾ ਮੇਰੇ ਨਾਲ ਬੈਠਿਆ, ਸਿਫਾਰਿਸ਼ ਸੀਗਾ। ਮੈਂ ਗੱਲ ਸੁਣੋ, ਇਹ ਪਤਾ ਨਹੀਂ ਇਹਦੇ ਪੈਰ ਲੱਗਣ ਨਾ ਲੱਗਣ, ਮੇਰੇ ਤਾਂ ਪੱਟ ਚੂਗਾ, ਕਿਉਂਕਿ ਅੱਜ ਕੱਲ੍ਹ ਕੀ ਕਰਦਾ ਕਦੋਂ ਨਹੀਂ ਸਿੱਖਦੇ, ਆਵਾਜ਼ਾਂ ਸਿੱਖਿਆ ਨਾ, ਰਿਆਜ਼ ਕਰਦਾ ਉਹਨਾਂ ਨਾ, ਹੋਰ ਕੰਮ ਕਰ ਲਓ, ਕੋਈ ਜ਼ਰੂਰ ਇਹੋ ਕੰਮ ਵੀ ਕਰ ਲਓ। ਉਹਨਾਂ ਨੂੰ ਇਹ ਲੱਗਦਾ ਨਾ ਕਿ ਸਭ ਤੋਂ ਸੌਖਾ ਰਸਤਾ ਹੀ ਸ਼ੋਹਰਤ ਕਮਾਉਣ ਦਾ, ਨਾਮ ਕਮਾਉਣ ਦਾ ਇਹੀ ਹੈ। ਤੇ ਬਹੁਤ ਸਾਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਵੀ ਪਹਿਲਾਂ ਕੈਸਟ ਕੱਢ ਲਈਏ, ਪਹਿਲਾਂ ਇੱਕ ਗਾਣਾ ਕੱਢ ਲਈਏ, ਫਿਰ ਸਿੱਖ ਲਾਂਗੇ। ਬਿਲਕੁਲ ਸਾਰਾ ਕੁਝ ਬਿਲ ਇਹ ਦੂਜੇ ਪਾਸੇ ਸ਼ੁਰੂ ਹੋਣਾ ਚਾਹੁੰਦੇ ਆ, ਪਹਿਲਾਂ ਸਟਾਰ ਬਣ ਲਈਏ, ਹੈ ਗਾਉਣਾ ਸਿੱਖਾਂਗੇ। ਮੈਨੂੰ ਯਾਦ ਹੈ ਇੱਕ ਪੁਰਾਣੀ ਗੱਲ ਆਈ, ਨਵਾਂ ਨਵਾਂ ਕਹਿ ਰਿਹਾ, ਮੈਨੂੰ ਲੱਗਿਆ ਕਰ ਚੱਲ ਨਵਾਂ ਜਾ ਦੇਸੀ ਜਾ ਜਾਵੇ ਉਹਦੇ ਕੋਲ, ਟੁੱਟੀ ਕਾਰ ਹੁੰਦੀ ਸੀ, ਤਾਂ ਮੈਂ ਖੜਾ ਸੀ, ਆਇਓ ਰੋਕ ਲਈ ਇਹਦੇ ਕੋਲ ਆ ਗਏ ਜੀ, ਮੈਨੂੰ ਲੈ ਚੱਲਿਆ, ਸਾਡੇ ਆਹ ਦੇ ਗਾਣੇ ਲਿਖੋ ਜੀ। ਫਿਰ ਵੱਡੀ ਕਾਰ ਹੋਊਗੀ ਆਪਣੇ, ਫਿਰ ਤੁਸੀਂ ਆਇਆ ਨਹੀਂ ਕੱਢਦੇ, ਇਹਦਾ ਮਤਲਬ ਮੈਂ ਇੱਥੇ ਖੜਾ ਰਹੂੰਗਾ, ਇਹਦੇ ਕੋਲ ਕਾਰ ਵੱਡੀ ਹੋਊਗੀ, ਫਿਰ ਤੁਸੀਂ ਆਇਆ ਨਹੀਂ ਖੜਦੇ, ਆਪਣੀ ਵੱਡੀ ਕਾਰ ਹੋਊਗੀ। ਮੈਂ ਤੇਰੇ ਕੋਲ ਵੱਡੀ, ਮੈਂ ਇੱਥੇ ਰਹੂੰਗਾ, ਮੈਂ ਮੇਰੀ ਤਾਂ ਗਰੰਟੀ ਕਰਕੇ ਲੱਭਾ ਤੇਰੇ ਕੋਲ ਆਵੇ ਨਾ। ਇਹ ਬਹੁਤ ਮਿਲਦੇ ਆ, ਇਹ ਉਧਰੋਂ ਸ਼ੁਰੂ ਹੋਣਾ ਚਾਹੁੰਦੇ ਆ, ਵੱਡੀ ਵੱਡੀ ਕਾਰ ਵਾਲੇ ਪਾਸੋਂ ਕਾਰ ਆਏ, ਬਾਕੀ ਹੋਰ ਜਿਹੜੇ ਕੀ ਹੁੰਦੇ ਆ ਬਾਊਂਸਰ ਆ ਜਾਣ, ਬਾਊਂਸਰ ਆਏ ਅੱਗੇ ਸਿੰਗਰ ਨਾਲ ਮਜੀਸ਼ਨ ਲਿਜਾਂਦੇ, ਹੁਣ ਬਾਂਸਰ ਲਿਜਾਣ ਲੱਗ ਪਏ, ਇਹਨਾਂ ਨੇ ਕੀ ਵਜਾਉਣਾ ਹੈ, ਉਹ ਬੰਦੇ ਵਜਾਉਂਦੇ ਨੇ, ਬੰਦੇ ਉਹਨਾਂ ਨੂੰ ਵਜਾਉਂਦੇ ਆ। ਨਹੀਂ ਜੋ ਕੁਛ ਪੜ੍ਹੀ ਦਾ ਨਾ ਅੱਜ ਕੱਲ ਵੀ ਕਲਚਰ ਕਿੱਧਰ ਗਿਆ, ਕਿੱਧਰ ਗਿਆ, ਕਿੱਧਰ ਗਿਆ, ਜ਼ਰੂਰੀ ਗੱਲਾਂ ਕਰਨੀਆਂ, ਕੋਈ ਥੋੜਾ ਕਰਨਾ ਸਹੀ, ਬਹੁਤ ਸੀਰੀਅਸ ਹੋਇਆ ਪਿਆ ਕੰਮ ਗਾਉਣ ਵੱਲੋਂ, ਗਾਉਣ ਵੱਲੋਂ ਖਾਸ ਕਰਕੇ। ਇੱਕ ਮਨ ਸਾਹਿਬ ਇਹ ਦੱਸੋ ਕਿ ਤਵਿਆਂ ਵਾਲੇ ਦੌਰ ਤੋਂ ਤੁਸੀਂ ਸ਼ੁਰੂਆਤ ਕੀਤੀ, ਹੁਣ ਸੀ ਡੀ ਵਾਲੇ ਦਾ ਵੀ ਭੋਗ ਪੈ ਗਿਆ, ਹੁਣ ਤਾਂ ਪੈਨ ਡਰਾਈਵ ਆ ਗਈ, ਉਹ ਚੂਹੀ ਜੀ ਡਿਜੀਟਲ ਜੀ ਸਾਰਾ ਕੁਛ ਪੈ ਗਿਆ, ਸਭ ਡਿਜੀਟਲ ਹੋ ਗਿਆ, ਉਹ ਦੌਰ ਚੰਗਾ ਸੀ ਕਿ ਅੱਜ ਵਾਲਾ? ਦੇਖੋ ਕੀ ਸੀ ਨਾ, ਜਦੋਂ ਪਹਿਲਾਂ ਕੋਈ ਟੈਕਨੀਕ ਤਾਂ ਉਦੋਂ ਨਹੀਂ ਹੁੰਦੀ ਸੀ, ਇੱਕ ਮਾਈਕ ਦੇ ਉੱਥੇ ਮੈਂ ਰਿਕਾਰਡਿੰਗ ਵੇਖੀ, ਇੱਕ ਮਾਈਕ ਉੱਥੇ ਢੋਲਕ, ਉੱਥੇ ਤਬਲੇ ਵਾਲਾ ਬੈਠਾ ਹੋਣਾ, ਉੱਥੇ ਉਹ
ਪਿੱਛੇ ਰੂਲਾ ਸਾਹਿਬ ਆਜਾ ਵਜਾ ਦਿੰਦੇ ਸੀ, ਦੇਖੋ ਇੱਕ ਤਾਰਾ ਦਾ ਉੱਥੇ ਵੀ ਜਾ ਦਿੰਦੇ ਸੀ, ਔਰ ਉੱਥੇ ਮੈਂ ਇੱਕ ਤਾਂ ਗਾ ਦਿੰਦੇ ਸੀ, ਉਹ ਸੁਣਦੀ ਉਦੋਂ ਦੁਨੀਆਂ ਸਾਰੀ ਸੀ ਜੀ 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 ਜਦੋਂ ਇੱਕ ਤਾਂ ਤਵਾ ਹੁੰਦਾ ਸੀ ਪੱਥਰ ਦਾ ਤਾਂ 3 ਕੁ ਮਿੰਟ ਦੇ ਇੱਕ ਪਾਸੇ ਅਤੇ 3 ਮਿੰਟ ਦੇ ਇੱਕ ਪਾਸੇ ਹੁੰਦਾ ਸੀਗਾ, ਅਤੇ ਲੋਕਾਂ ਕੋਲੋਂ ਮਸ਼ੀਨਾਂ ਵੀ ਆਵਾਜ਼ਾਂ ਉਹ ਹੁੰਦੀਆਂ ਸੀਗੀਆਂ ਜੀ, ਤਾਂ ਬਾਅਦ 'ਚ ਫਿਰ EPLP ਆ ਗਏ ਥੋੜ੍ਹੇ ਥੋੜ੍ਹੇ ਜੀ 40-40 ਮਿੰਟ ਦੇ ਜਿਹੜੇ ਮੈਂ ਕੀਤੇ ਆ ਉਹ ਮੇਰੇ ਕੀਤੇ ਮੈਂ ਹੀਰਾਂਝਾ ਮਿਰਜ਼ਾ ਸਾਹਿਬਾਂ ਸੱਸੀ ਪੁੰਨੂ ਸੋਹਣੀ ਮੇਵਾਲ ਇਹ ਮੈਂ LP ਕੀਤੇ ਹੋਏ ਨੇ ਇਹ HMB ਦੇ ਵਿੱਚ, ਫਿਰ EP ਆਏ, ਫਿਰ CD ਆ ਗਈ, CD ਤਾਂ ਹੁਣ ਡਿਜੀਟਲ ਆ ਗਿਆ, ਪਰ ਇੱਕ ਗੱਲ ਹੈ ਕਿ ਜੋ ਮਜ਼ਾ ਉੱਥੇ ਉਹਦਾ ਸੀ ਨਾ, ਕਿਉਂਕਿ ਉਦੋਂ ਸਿਰਫ ਦਿਮਾਗ 'ਚ ਇੱਕ ਚੀਜ਼ ਹੁੰਦਾ ਸੀ ਕਿ ਜਿਹੜਾ ਲਫ਼ਜ਼ ਕਿਸੇ ਦੇ ਕੰਨੀ ਪਵੇ ਨਾ ਜਾਂ ਗਾਉਣ ਵਾਲੇ ਦੇ ਵੀ ਦਿਮਾਗ 'ਚ ਹੁੰਦਾ ਸੀ ਔਰ ਮਿਊਜ਼ਿਕ ਵਾਲੇ ਦੇ ਵੀ, ਤੁਸੀਂ ਯਾਦ ਕਰੋ ਪੁਰਾਣੇ ਗਾਣੇ ਤੁਹਾਨੂੰ ਮਿਊਜ਼ਿਕ ਪੀਸ ਵੀ ਯਾਦ ਹੋਣਗੇ, ਮਿਊਜ਼ਿਕ ਪੀਸ ਵੀ ਯਾਦ ਹੋਣਗੇ, ਕਿੱਥੇ ਕਿਸੇ ਨੇ ਗਲੇ ਦਾ ਕੋਈ ਹਰਕਤ ਲਈ ਹੈ ਗਾਉਣ ਵਾਲੇ ਦਾ ਉਹ ਯਾਦ ਹੋਊ, ਜੇ ਲਫ਼ਜ਼ ਵੀ ਕਿਸੇ ਨੇ ਕਿਹਾ, ਅੱਜ ਮੈਨੂੰ ਲੋਕਾਂ ਦੀ ਚਿੱਠੀਆਂ ਵੀ ਤਾਂ ਬੰਦ ਹੋ ਗਈਆਂ ਹੁਣ, ਪਹਿਲੇ ਚਿੱਠੀਆਂ ਆਉਂਦੀਆਂ ਸੀ, ਫੋਨ 'ਚ ਕੀ ਆਉਂਦਾ ਕਿਸੇ ਦਾ ਤਾਂ ਤਕਰੀਬਨ ਸਾਰੇ ਦੇ ਸਾਰੇ ਗਾਣਾ ਸੁਣਾ ਦਿੰਦਾ ਮੈਨੂੰ ਆਪਣਾ ਲਿਖਿਆ, ਮੈਂ ਯਾਦ ਕਿਵੇਂ ਰਹਿ ਗਿਆ, ਕਹਿੰਦੀ ਸਾਰੀ ਸਾਡੇ ਲਿੱਤ ਵਰਤੋਂ ਦੀ ਗੱਲ ਹੈ, ਅੱਜ ਗਾਣਾ ਯਾਦ ਨਹੀਂ ਰਹਿੰਦਾ, ਕਿਉਂਕਿ ਉਦੋਂ ਕਲਾਕਾਰ ਵੀ ਵਿੱਚ ਵੜ ਕੇ ਗਾਉਂਦਾ ਸੀ ਉਹਦੇ ਰੂਹਾਨੀ ਤੌਰ 'ਤੇ, ਲਿਖਣ ਵਾਲਾ ਵੀ ਲਿਖ ਕੇ ਵਿੱਚ ਵੜ ਕੇ ਉਹਦੇ ਗਾਉਂਦਾ ਸੀਗਾ, ਤਾਂ ਜਿਹੜਾ ਮਿਊਜ਼ਿਕ ਵਾਲਾ ਉਹ ਵੀ ਕਰਕੇ ਗਾਉਂਦਾ ਸੀ, ਅਸੀਂ ਕਿਵੇਂ ਭੁੱਲ ਜਾਂਗੇ ਮਾਵਾਂ ਦਿੱਤੀ ਆ ਰਲ ਬੈਠੀਆਂ ਮਾਏ, ਹੈ ਤਾਂ ਫੋਕ ਹੈਗਾ ਪਰ ਸਾਡੀ ਰੂਹ 'ਚੋਂ ਨਹੀਂ ਨਿਕਲ ਸਕਦਾ, ਸ਼ੌਕੜ ਮੇਲੇ ਦੀ ਇਹ ਕਹਿੰਦੇ ਨਿਕਲ ਨਹੀਂ ਸਕਦਾ ਹੈਗਾ, ਹੁਣ ਬਹੁਤ ਸਾਰੇ ਇਸ ਵਾਸਤੇ ਕਿ ਉਹ ਗਾਣਾ ਜਿਹੜਾ ਯੁੱਗ ਸੀ ਨਾ ਉਹ ਯੁੱਗ ਰੂਹਾਨੀ ਪਤਾ ਨਹੀਂ ਅੱਜ ਦੀ ਤਾਂ ਯੁੱਗ ਨੂੰ ਅੱਜ ਦੀ ਅਸੀਂ ਨਸਲ ਨੂੰ ਕਿਵੇਂ ਸਮਝਾਈਏ, ਮੈਨੂੰ ਤਾਂ ਸਮਝ ਨਹੀਂ ਪੈਂਦੀ, ਉਹਦੇ ਰੂਹ 'ਚ ਲੋਕ ਯਾਰ ਬਦਤਰ ਬੁਗਧ ਹੋ ਗਏ ਲੱਖਾਂ ਦੀ ਗਿਣਤੀ 'ਚ ਸੁਣਿਆ ਕਰਦੇ ਸੀਗੇ, ਇੱਕ ਬੰਦਾ ਗਾਈ ਜਾਂਦਾ ਸੀ ਤਾਂ ਰੋਦੇ ਵੀ ਵੇਖੇ ਮੈਂ, ਹੱਸਦੇ ਵੀ ਵੇਖੇ ਨੇ, ਔਰ ਜਿਸ ਤਰ੍ਹਾਂ ਦਾ ਮੂਡ ਹੁੰਦਾ ਸੀ ਗਾਣੇ ਦਾ ਉਸੇ ਤਰ੍ਹਾਂ ਢਲਦੇ ਜਾਂਦੇ ਸੀ ਸਰੋਤ, ਯਾਨੀ ਇੱਕ ਬੰਨ ਕੇ ਵਾਤਾਵਰਨ ਨੂੰ ਇਹ ਬਣਾ ਲੈਂਦੇ ਸੀ, ਅੱਜ ਵਾਜੇ ਵੱਜੀ ਜਾਂਦੇ ਆ ਤੂੰ ਤਰੱਕਾ ਵਾਲਾ ਹੈ ਸ਼ੋਰ ਜ਼ਿਆਦਾ ਹੈ ਸੁਣਦਾ ਕੁਛ, ਰੂਹ ਦੀ ਗੱਲ ਘੱਟ ਹੈ, ਰੂਹ ਗਈ ਅਤੇ ਰੂਹ ਬਿਨਾ ਸਕੂਨ ਹੈ ਨਹੀਂ ਗਾ, ਅਤੇ ਇਸ ਵਾਸਤੇ ਸਕੂਨ ਗਾਇਬ ਹੋ ਗਿਆ, ਉਹ ਕਿਤੇ ਬੜਿਆ ਹੋਇਆ ਜੇ ਉਹ ਇਹ ਝੋਰਾ ਹੈ ਸਾਨੂੰ ਖਾਸ ਕਰ, ਆਪਾਂ ਇੱਕ ਵਕਫਾ ਲੈ ਲਈਏ ਇੱਥੇ ਤੇ ਵਕਫੇ ਤੋਂ ਬਾਅਦ ਬਾਕੀ ਦੀ ਗੱਲ ਅੱਗੇ ਤੋਰਦੇ ਹਾਂ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਮਾਨ ਸਾਹਿਬ ਇੱਕ ਚੀਜ਼ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਹਾਂ ਕਿਉਂਕਿ ਜਿਹੜੇ ਵੇਲਿਆਂ ਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕੀਤਾ ਉਹਨਾਂ ਵੇਲਿਆਂ ਦੇ ਵਿੱਚ ਉਹ ਭਲਾ ਦੌਰ ਸੀ, ਹੈ ਨਾ, ਉਸ ਤੋਂ ਬਾਅਦ ਜੇ ਮਿਹਨਤਾਨੇ ਦੀ ਗੱਲ ਕਰੀਏ ਤਾਂ ਉਸ ਵੇਲੇ ਮਿਹਨਤਾਨਾ ਕਿੰਨਾ ਕੁ ਮਿਲ ਜਾਂਦਾ ਸੀ, ਰਿਐਲਿਟੀ ਕਿੰਨੀ ਕੁ ਮਿਲ ਜਾਂਦੀ ਸੀ, ਕਿਉਂਕਿ ਅੱਜ ਦੇ ਬਹੁਤੇ ਗੀਤਕਾਰ ਸਾਨੂੰ ਇਹ ਦੱਸਦੇ ਆ ਵੀ ਯਾਰ ਮੇਰੀ ਤਾਂ ਫੋਟੋ ਲਾ ਕੇ ਨਾ ਪੋਸਟਰ ਦੇ ਉੱਤੇ ਕਹਿੰਦੇ ਵੀ ਤੇਰਾ ਕੰਮ ਤਾਂ ਅਸੀਂ ਕਰਤਾ ਤੇ ਮੇਰਾ ਕੰਮ ਕੁਦਰਤ ਨੇ ਪਹਿਲਾਂ ਕੀਤਾ ਪਿਆ ਹੁੰਦਾ, ਤੁਹਾਨੂੰ ਮਿਹਨਤਾਨਾ ਮਿਲਦਾ ਰਿਹਾ ਹੁਣ ਤੱਕ ਕਿੰਨਾ? ਨਹੀਂ ਵੇਖੋ ਕੀ ਹੈ, ਉਦੋਂ ਕੰਪਨੀਆਂ ਬਹੁਤਾ ਜ਼ਿਆਦਾ ਨਹੀਂ ਹੁੰਦੀਆਂ ਸੀ, ਮੇਅਰ ਕੰਪਨੀ HMV ਮਾਸਟਰ ਵੈਸ ਉਹ ਕੁੱਤੇ ਦੀ ਫੋਟੋ ਜੀ ਬਣੀ ਹੁੰਦੀ ਸੀ, ਉਹੀ ਹੁੰਦੀ ਸੀ, ਉਹ ਤਕਰੀਬਨ ਉਹਨਾਂ ਦੀ ਫਿਕਸ ਕੀਤੀ ਹੋਈ ਸੀ ਰੋਇਲਟੀ, ਰੋਇਲਟੀ ਤਾਂ ਭਾਵੇਂ ਬਹੁਤ ਪਰਸੈਂਟੇਜ ਤਾਂ ਬੜੀ ਘੱਟ ਸੀ, 2.5% ਰੋਇਲਟੀ ਹੁੰਦੀ ਸੀਗੀ ਗੀਤਕਾਰ ਦੀ, 2% ਮਿਊਜ਼ਿਕ ਡਾਇਰੈਕਟਰ ਦੀ, ਔਰ 5% ਹੁੰਦੀ ਸੀ ਜੇ ਸਿੰਗਲ ਗਾਇਆ ਤਾਂ ਸਿੰਗਰ, ਜੇ ਦੋ ਤਾਂ ਫਿਰ ਵੰਡ ਵੰਡ ਕੇ ਹੁੰਦੀ ਤਾਂ ਨਹੀਂ ਸੀ, ਪਰ ਇਹ ਗੱਲ ਹੈ ਕਿ ਉਹ ਬੜੀ ਦਿਆਨਤਦਾਰੀ ਨਾਲ ਇਮਾਨਦਾਰੀ ਨਾਲ ਹਰ 6 ਮਹੀਨਿਆਂ ਬਾਅਦ ਜਿੰਨਾ ਕੋਈ ਰਿਕਾਰਡ ਵਿਕਿਆ ਹੁੰਦਾ ਸੀ ਪੂਰੀ ਉਹਦੇ ਪਾਈ ਪਾਈ ਦਾ ਹਿਸਾਬ ਚੈੱਕ ਬਣਾ ਕੇ ਅਗਲੇ ਦੇ ਐਡਰੈਸ 'ਤੇ ਭੇਜ ਦਿੰਦੇ ਸੀ, ਫਿਰ ਇਹ ਸੀ, ਪਰ ਮੈਂ ਤੁਹਾਨੂੰ ਦੱਸਦਾ ਨਾ ਜਿਹੜਾ ਜਿਹੜਾ ਫਾਇਦਾ ਸੀਗਾ ਉਦੋਂ, ਮੈਂ ਜੋ ਮੈਨੂੰ ਜੋ ਫਾਇਦਾ ਹੋਇਆ ਔਰ ਮੇਰੇ ਜਿਹੜੇ ਸਮਕਾਲੀ ਹੈ ਜਾਂ ਸਿੱਖ ਦਾ ਹੋਏਗਾ ਉਹਨਾਂ ਨੂੰ ਵੀ ਸ਼ਾਇਦ ਹੋਇਆ ਹੋਵੇਗਾ, ਮੈਨੂੰ ਕਿਤਾਬਾਂ ਜਿਹੜੀਆਂ ਨਾ ਕਿਤਾਬ ਸੀ ਜਿਹੜੀ ਕਿਤਾਬ ਜਿਹੜੀ ਮੇਰੀ ਛਪਦੀ ਸੀ ਨਾ ਇੰਨੀ ਜ਼ਿਆਦਾ ਵਿਕਦੀ ਸੀ, ਲੱਖਾਂ 'ਚ ਕਿਤਾਬ ਵਿਕਦੀ ਸੀ, ਕਿਤਾਬ ਦੀ ਰੋਇਲਟੀ ਬਹੁਤ ਜ਼ਿਆਦਾ ਆ ਜਾਂਦੀ ਸੀ, ਅਤੇ ਇਸ ਵਾਸਤੇ ਕੋਈ ਮੈਨੂੰ ਲੱਗਦਾ ਕਿ ਬਹੁਤਾ ਕੋਈ ਕੰਮ ਕਾਰ ਕਰਨ ਦੀ ਕੋਈ ਲੋੜ ਨਹੀਂ ਸੀਗੀ, ਕਿਤਾਬ ਦੀ ਰੋਇਲਟੀ ਮੈਨੂੰ ਯਾਦ ਹੈ ਕਿ 1970 ਦੇ ਨੇੜੇ ਜਦੋਂ ਟੀਚਰ ਦੀ ਤਨਖਾਹ ਮੈਨੂੰ ਪਤਾ ਕਿਉਂਕਿ ਮੇਰੀ ਵਾਈਫ ਟੀਚਰ ਸੀ ਉਦੋਂ, ਹੈ ਤਾਂ ਉਹਨੂੰ ਤਨਖਾਹ ਮਿਲਦੀ ਸੀ ਮੈਂ ਕਿਹਾ 250-300
ਤੇ ਮੈਂ 3300 ਰੁਪਈਆ ਰਾਇਲਟੀ ਲੈ ਜਾ ਸਕਾਂ ਮਹੀਨੇ ਦੀ ਦਸ ਟੀਚਰਾਂ ਜਿੰਨੀ ਤਾਂ ਇਸ ਵਾਸਤੇ ਮੈਨੂੰ ਇਹ ਉਦੋਂ ਕੋਈ ਪ੍ਰੋਬਲਮ ਨਹੀਂ ਹੁੰਦੀ ਸੀਗੀ ਤਾਂ ਅੱਜ ਜਿਸ ਤਰ੍ਹਾਂ ਦਾ ਅੱਜ ਤਾਂ ਕੀ ਹੈ ਕੋਈ ਬਸ ਫਿਰ ਮਾੜਾ ਤਾਂ ਠੀਕ ਹੈ ਕਰ ਜਾਂਦੇ ਨੇ ਤਾਂ ਉਹ ਵੀ ਜਿਹਨਾਂ ਦਾ ਕੋਈ ਨਾਂ ਹੈ ਤੇ ਜਿਹੜਾ ਗੀਤਾਨਾ ਮਿਹਨਤਾਨਾ ਸੀ ਉਹ ਮਹੀਨੇ ਬਾਅਦ ਆਉਂਦਾ ਸੀ ਜਾਂ ਸਾਲ ਦਰ ਸਾਲ ਨਹੀਂ 6 ਮਹੀਨਿਆਂ ਬਾਅਦ ਦੇ ਦਿੰਦੇ ਸੀ ਰਾਇਲਟੀ ਵੱਧ ਤੋਂ ਵੱਧ ਚੈੱਕ ਕਿੰਨੇ ਦਾ ਮਿਲਿਆ ਵੱਧ ਤੋਂ ਵੱਧ ਅੰਦਾਜ਼ਾ ਵੱਧ ਤੋਂ ਵੱਧ ਹੁਣ ਆ ਜਾਂਦੇ ਆ ਵੱਧ ਤੋਂ ਵੱਧ ਕਿਉਂਕਿ ਉਦੋਂ ਪੈਸੇ ਘੱਟ ਹੁੰਦੇ ਸੀ ਪੈਸੇ ਦੀ ਕੀਮਤ ਘੱਟ ਸੀਗੀ ਹਾਂ ਆ ਹੀ ਜਾਂਦਾ ਸੀ ਮੰਨ ਲੇ ਲੱਖ ਲੱਖ ਦੋ ਦੋ ਲੱਖ ਰੁਪਏ ਆ ਜਾਣ ਹਾਂ 6 ਮਹੀਨੇ ਦਾ ਬੜੇ ਬੜੀ ਵੱਡੀ ਰਕਮ ਸੀਗੀ ਜਿਹੜੇ ਗੀਤਕਾਰ ਹੁਣ ਕਹਿੰਦੇ ਆ ਵੀ ਅਸੀਂ ਤਾਂ 1.25 ਲੱਖ ਰੁਪਈਏ ਚੈੱਕ ਗੀਤ ਦਿੰਦੇ ਹਾਂ ਅਸੀਂ ਤਾਂ 1.5 ਲੱਖ 'ਚ ਦਿੰਦੇ ਹਾਂ ਉਹ ਦਿੰਦੇ ਹੋਣਗੇ ਤੁਹਾਡੇ ਖਿਆਲ ਦੇ ਮੁਤਾਬਕ ਜਾਂ ਉਹ ਛੁਰਲੀ ਆ ਲੈਂਦੇ ਹੋਣਗੇ ਤਾਂ ਬੜੇ ਨਸੀਬਾਂ ਵਾਲੇ ਆ ਗੱਲ ਤਾਂ ਇੱਥੇ ਮੁੱਕਦੀ ਹੈ ਹਾਂਜੀ ਜੇ ਲੈਂਦੇ ਹੋਣਗੇ ਨਾ ਐਵੇਂ ਕੋਈ ਫਸਿਆ ਫਸੋਇਆ ਹੋਵੇ ਨਾ ਬਾਲਾ ਜੀ ਦਾ ਬਹੁਤ ਹੀ ਹੋਵੇ ਨਾ ਕੋਈ ਉਲਝ ਗਿਆ ਹੋਵੇ ਕੋਈ ਪੈਰ ਲਾਉਣ ਵਾਲਾ ਹੋਵੇ ਨਹੀਂ ਪੈਰ ਲਾਉਣ ਵਾਲਾ ਨਹੀਂ ਪਾਉ ਤਾਂ ਉਹਨਾਂ ਦਾ ਹੱਥ ਬੰਨ ਦੇਣਾ ਉਹ ਤਾਂ ਮੈਨੂੰ ਆਪਣੇ ਭਵਿੱਖ ਦਾ ਖਤਰਾ ਹੈ ਉੱਥੋਂ ਵੀ ਹੋ ਰਹੀਗਾ ਉਹ ਤਾਂ ਮੈਂ ਮਨਾ ਕੀਤਾ ਹੋਇਆ ਵੀ ਨਾ ਪਏ ਇਹਨਾਂ ਨੇ ਕਰਦੇ ਕਰਦੇ ਆਪ ਨਾਲ ਘਰ ਬੈਠੀਏ ਹੈ ਵੇ ਆਪਦੇ ਲੈਪਟੋਪ ਬੈਠੀਏ ਕਿਤੇ ਇਹਨਾਂ ਨੂੰ ਜੋੜਦੇ ਜੋੜਦੇ ਅਤੇ ਹੁੰਦਾ ਇਸ ਤਰ੍ਹਾਂ ਤਾਂ ਉਹ ਤਾਂ ਕੋਈ ਅੜਿਆ ਵੜਿਆ ਕੋਈ ਦੇ ਜੇ ਤਾਂ ਦੇ ਜੇ ਤਾਂ ਵਰਨਾ ਮੈਨੂੰ ਮੈਨੂੰ ਸੱਚ ਨਹੀਂ ਹੁੰਦਾ ਗਾ ਲੱਖ ਵਾਲੇ ਨਾ ਪਰ ਕਈ ਗੀਤਕਾਰ ਇਹ ਕਹਿੰਦੇ ਨੇ ਵੀ ਸਾਨੂੰ ਤਾਂ ਜਮਾ ਹੀ ਨਹੀਂ ਕੁਛ ਵੀ ਪੱਲੇ ਪਿਆ ਸਾਡੀ ਤਾਂ ਕਿਸੇ ਨੇ ਸਾਰ ਹੀ ਨਹੀਂ ਲਈ ਸਿਰਫ ਸੱਚ ਬੋਲਣ ਵਾਲੇ ਵੀ ਹੈਗੇ ਸੱਚ ਬੋਲਣ ਵਾਲੇ ਵੀ ਹੈਗੇ ਅੱਛਾ ਮਤਲਬ ਬਾਕੀ ਇਹ ਭਾਣਾ ਵਾਪਰਦਾ ਵੀ ਜਿਹਦੇ ਕਰਕੇ ਇੱਕ ਗਾਇਕ ਨਹੀਂ ਮੈਨੂੰ ਇਹ ਲੱਗਦਾ ਉਹਨਾਂ ਤੋਂ ਲੈ ਲੈਂਦੇ ਨੇ ਬਿਲਕੁਲ ਇਹ ਗੱਲ ਸੱਚੀ ਆ ਮੈਂ ਕਈ ਇਹੋ ਜਿਹੇ ਗੀਤਕਾਰਾਂ ਨੂੰ ਜਾਣਦਾ ਜਿਹੜੇ ਕਹਿੰਦੇ ਵੀ ਅਸੀਂ ਵੀਡੀਓ ਬਣਾ ਕੇ ਦਿੱਤਾ ਆਪਦੇ ਗੀਤ ਦਾ ਬਸ ਹਾਏ ਹੋਏਗਾ ਇਹ ਹੋਏਗਾ ਕਿਉਂਕਿ ਤੁਹਾਨੂੰ ਇਹ ਕੰਮ ਜ਼ਿਆਦਾ ਪਤਾ ਤੁਹਾਡੇ ਕੋਲ ਦੱਸ ਦਿੰਦੇ ਇਹਨਾਂ ਦਾ ਵਾਸਤਾ ਨਹੀਂ ਪੈਂਦਾ ਇਹਨਾਂ ਨਾਲ ਹੈ ਜੀ ਨਾ ਸਿੰਗਰਾਂ ਦਾ ਵਾਸਤਾ ਪੈਂਦਾ ਸਿੰਗਰ ਕੇ ਵਿਰਲੇ ਬਾਜੇ ਨਾਲ ਪੈ ਜਾਂਦਾ ਇਸ ਤਰ੍ਹਾਂ ਤਾਂ ਨਾ ਉਹਨਾਂ ਨੂੰ ਬਣ ਜਾ ਹੀ ਮਿਲਦਾ ਹਾਲਾਂਕਿ ਬਹੁਤ ਸਾਰੇ ਮੈਂ ਗਾਣੇ ਲਿਖੇ ਹੋਏ ਨੇ ਉਹ ਡਰਦੇ ਇਸ ਵਾਸਤੇ ਰਹੀਦਾ ਹੈ ਕਿ ਉਹ ਜਦੋਂ ਪਤਾ ਨਹੀਂ ਹੈ ਕਿ ਕਿਸ ਤਰੀਕੇ ਨਾਲ ਇਹਨੂੰ ਗਾ ਦੂਗਾ ਪਤਾ ਨਹੀਂ ਕਿਹੜਾ ਚੱਲ ਰਿਹਾ ਪਤਾ ਹੀ ਨਹੀਂ ਕਿਹੜਾ ਅਸੀਂ ਰੋ ਰੋ ਕੇ ਲਿਖਿਆ ਹੋਵੇ ਕੱਚਾ ਹੋ ਜਾ ਜਾ ਗਾਏ ਕੀ ਪਤਾ ਲੱਗਦਾ ਹੈ ਮੈਂ ਗਾ ਦੀ ਹਾਂ ਨਾ ਰੋ ਕਰ ਸਬਰ ਦਿਲਾ ਨਾ ਰੋ ਕਰ ਸਬਰ ਦਿਲਾ ਕੁਝ ਲੱਭਣਾ ਨਹੀਂ ਰੋਇਆਂ ਤੋਂ ਰੋਇਆਂ ਦੁੱਖ ਨਹੀਂ ਮੁੱਕਣੇ ਇਹ ਤਾਂ ਮੁੱਕਣੇ ਨੇ ਮੋਇਆਂ ਤੋਂ ਮੇਰਾ ਕਿਸੇ ਵੀ ਜੀ ਕੀਤਾ ਵੀ ਗਵਾ ਕੇ ਇਸ ਤਰ੍ਹਾਂ ਦਾ ਅੱਜ ਕੋਈ ਦੁਆ ਗਵਾਈਏ ਫਿਰ ਮੈਂ ਸ਼ਾਇਦ ਮੋਇਆਂ ਤੋਂ ਮੁੱਕਣਾ ਜਿਉਂਦਿਆਂ ਦੁੱਖ ਦਾ ਆ ਜਾ ਕੇ ਕਦੇ ਖੁਦ ਨਹੀਂ ਗਾਉਣ ਨੂੰ ਜੀ ਕੀਤਾ ਵੀ ਆਪ ਵੀ ਗਾਈਏ ਮੈਂ ਪਤਾ ਕੀ ਆ ਤਕਰੀਬਨ ਜਿੰਨੀਆਂ ਵੀ ਕੰਪੋਜੀਸ਼ਨਾਂ ਕਰਦੇ ਹਾਂ ਅਸੀਂ ਮੱਥਾ ਮਾਰਦੇ ਹਾਂ ਸਦੀਕ ਤੋਂ ਲੈ ਕੇ ਹਰਭਜਨ ਭਾਈ ਮੈਂ ਪਹਿਲਾਂ ਜਿੰਨੀ ਦੇਰ ਗਾਈਏ ਨਾ ਉਨੀ ਦੇਰ ਗਾਣਾ ਲਿਖਿਆ ਹੀ ਨਹੀਂ ਜਾਂਦਾ ਹਾਂ ਇਹ ਨਹੀਂ ਗਲਤੀ ਕੀਤੀ ਇਹ ਮੇਰਾ ਕਹਿੰਦੇ ਮਨ ਨਹੀਂ ਕੀਤਾ ਕਿ ਮੈਂ ਰਿਕਾਰਡ ਕਰ ਲਾਂ ਹਾਂ ਉਹ ਹੋਏਗਾ ਜ਼ਰੂਰ ਹੈ ਕਿ ਹਰ ਮਿਊਜ਼ਿਕ ਡਾਇਰੈਕਟਰ ਕੋਈ ਵੀ ਫਿਲਮ ਦਾ ਭਾਵੇਂ ਭਾਵੇਂ ਕੋਈ ਹੋ ਜਾਵੇ ਪਹਿਲਾਂ ਗਾ ਕੇ ਜ਼ਰੂਰ ਦੱਸ ਦਿੰਦਾ ਇੱਥੇ ਜਿਵੇਂ ਨਾ ਇਸ ਦਾਇਰੇ ਇੰਨੀ ਇੰਨੀ ਗਾ ਕੇ ਮੈਂ ਆਪਣੇ ਤੌਰ 'ਤੇ ਇਹਨੂੰ ਇਸ ਤਰ੍ਹਾਂ ਬਣਾਇਆ ਤਾਂ ਤੂੰ ਅੱਗੇ ਇਹਨੂੰ ਕਿ ਭਾਈ ਜੇ ਤਾਂ ਇੱਥੋਂ ਕੁਛ ਬਣਦਾ ਬਣਾ ਲਾ ਔਰ ਤਕਰੀਬਨ ਮੈਨੂੰ ਲੱਗਦਾ 90% ਤੋਂ ਹੋਰ ਆ ਜਾਂਦਾ ਤੇ ਤੁਹਾਨੂੰ ਕਦੇ ਕਿਸੇ ਨੇ ਆ ਕੇ ਤੁਹਾਡੇ 'ਤੇ ਅਪਰੋਚ ਵੀ ਨਹੀਂ ਕੀਤੀ ਵੀ ਤੁਸੀਂ ਗਾ ਕੇ ਵੀ ਤਾਂ ਵੇਖੋ ਕੋਈ ਗੱਲ ਨਹੀਂ ਜੇ ਸਾਰਿਆਂ ਨੂੰ ਸਿਖਾ ਸਕਦੇ ਹੋ ਦੱਸ ਸਕਦੇ ਹੋ ਤਾਂ ਇੱਕ ਅੱਧਾ ਤਾਂ ਗਾਉਣਾ ਚਾਹੀਦਾ ਨਹੀਂ ਮੈਨੂੰ ਦੱਸੀ ਗਈ ਇੱਕ ਬੰਦੇ ਨੇ ਰਾਏ ਕੀਤੀ ਸੀ ਬੜੀ ਵਧੀਆ ਰਾਏ ਸੀ ਮੈਨੂੰ ਕਹਿੰਦਾ ਮਾਨ ਸਾਹਿਬ ਤੁਸੀਂ ਮੈਂ ਵੇਖਿਆ ਤੁਸੀਂ ਕੰਪੋਜੀਸ਼ਨ ਤਾਂ ਤੁਸੀਂ ਆਪ ਹੀ ਕਰ ਦੱਸ ਦੋ ਦਿੰਦੇ ਹੋ ਅਤੇ ਤੁਸੀਂ ਆਪ ਕਿਉਂ ਨਹੀਂ ਮਿਊਜ਼ਿਕ ਡਾਇਰੈਕਟਰ ਬਣ ਜਾਂਦੇ ਮੈਂ ਕਿਹਾ ਡਰਦਾ ਮੈਂ ਮੈਂ ਕਿਹਾ ਬਈ ਜੇ ਕਾਮਯਾਬ ਹੋ ਗਏ ਫਿਰ ਕੀ ਕਰਾਂਗੇ ਵਾਜਾ ਤਾਂ ਫੜਨਾ ਨਹੀਂ ਮੈਂ ਜੇ ਕਾਮਯਾਬ ਹੋ ਗਏ ਕਾਮਯਾਬ ਹੋ ਫਿਰ ਕੀ ਕਰਾਂਗੇ ਉਸ ਤੋਂ ਬਾਅਦ ਫਿਰ ਬੋਰੀ ਤਾਂ ਇਹ ਨਹੀਂ ਪਤਾ ਵੀ ਚਿੱਟਾ ਕਾਲਾ ਗਵਾਉਂਦੇ ਇਹਨਾਂ ਨੇ ਮੈਂ ਇਸ ਵਾਸਤੇ ਹੱਥ ਮਾਰਦੇ ਇੱਕ ਨਾ ਇੱਥੇ ਚੰਡੀਗੜ੍ਹ ਦਾ ਹੀ ਬੜਾ ਸੰਗੀਤਕਾਰ ਮਸ਼ਹੂਰ ਰਿਹਾ ਅਤੇ ਉਹਨੂੰ ਮੈਂ ਇੱਕ ਦਿਨ ਕਿਹਾ ਮੈਂ ਕਿਹਾ ਵੀ ਤੇਰੇ ਬਾਰੇ ਲੋਕ ਕਹਿੰਦੇ ਆ ਵੀ ਤੈਨੂੰ ਵਜਾਉਣਾ ਵਜਾਉਣਾ ਤਾਂ ਆਉਂਦਾ ਨਹੀਂ ਕੁਛ ਪਰ ਤੂੰ ਮਕਬੂਲ ਬਹੁਤ ਆ ਤੂੰ 5-5, 4-4 ਲੱਖ ਰੁਪਈਆ ਟੇਰੀ ਤੁਰੀ ਆਉਂਦਾ ਵੀ ਕੈਸਟਾਂ ਦਾ ਕਹਿੰਦਾ ਵੀ ਜਦੋਂ ਮੇਰਾ ਕੰਮ ਚੱਲਣਾ ਬੰਦ ਹੋ ਗਿਆ ਮੈਂ ਸਿੱਖ ਲੂੰ ਬਸ ਕਹਿੰਦਾ ਉਦੋਂ ਜਦੋਂ ਮੈਨੂੰ ਮੌਕਾ ਮਿਲੂਗਾ ਨਾ ਮੈਂ ਫੇਰ ਹੀ ਸਿੱਖੂਗਾ ਨਾ ਹੁਣ ਤਾਂ ਮੌਕਾ ਹੀ ਹੈ ਨਹੀਂ ਇਹੋ ਚਸਮਾ ਨਹੀਂ ਹੈਗੇ ਨੇ ਮੈਂ ਬੜਾ ਸਾਡੇ ਫਿਲਮ ਬਾਲੀਵੁੱਡ ਦਾ ਬੜਾ ਵੱਡਾ ਮਿਊਜ਼ਿਕ ਡਾਇਰੈਕਟਰ ਹੈ
ਉਹ ਨਾਟਕ ਕਾਹਨੂੰ ਲੈਣਾ ਪਤਾ ਲੱਗ ਜੇ ਲੋਕ ਬਾਲੀਵੁੱਡ ਵਾਲਿਆਂ ਨੂੰ ਪਤਾ ਲੱਗ ਜਾਏਗਾ ਤੇ ਉਹ ਕਹਿੰਦੇ ਕੁਛ ਵੀ ਨਹੀਂ ਲੋੜ ਹੈ ਕਹਿੰਦੇ ਗਾਣੇ ਕਰਨੇ ਆ ਜਾ ਇੱਥੇ ਆਇਓ ਉਹ ਕਾਰਡ ਦੇ ਬਾਹਰ ਲੱਟ ਦੇ ਇੱਥੇ ਵੀ ਜਾ ਕੇ ਉੱਥੇ ਵੀ ਆ ਗਏ ਆਇਓ ਗਾ ਕੇ ਦੱਸਤਾ ਚਲੋ ਯਾਰ ਟਿਊਰ ਬਣ ਗਈ ਠੀਕ ਹੈ ਗਾ ਕੇ ਲੈ ਜਾਂਦੇ ਇਸ ਤਰ੍ਹਾਂ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇਹੋ ਜਿਹੀਆਂ ਹੋਰ ਕਰਾਂਗੇ ਪਰ ਵੇਲਾ ਵਕਫੇ ਦਾ ਹੋ ਗਿਆ ਜੀ ਇੱਥੇ ਵਕਫਾ ਲੈਂਦੇ ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਢਹਿਣਾ ਤੇ ਸਾਡੇ ਦੋਵਾਂ ਦੇ ਨਾਲ ਨੇ ਬਾਬੂ ਸਿੰਘ ਮਾਨ ਤੇ ਹੁਣ ਅਗਲੇ ਸਵਾਲਾਂ ਵੱਲ ਮਾਨ ਸਾਹਿਬ ਇੰਨੇ ਗੀਤ ਲਿਖੇ ਕਈ ਗੀਤ ਬਹੁਤ ਚੰਗੇ ਵੀ ਲੱਗਦੇ ਹਰ ਇਨਸਾਨ ਨੂੰ ਆਪਣੀ ਕੀਤੀ ਕਿਰਤ ਆ ਜਿਹੜੀ ਉਹ ਕਈ ਵਾਰ ਬਹੁਤ ਚੰਗੀ ਲੱਗਦੀ ਹੈ ਕਈ ਵਾਰ ਇਹ ਲੱਗਦਾ ਕਿ ਯਾਰ ਨਹੀਂ ਮੈਨੂੰ ਆਹ ਕੁਝ ਨਹੀਂ ਸੀ ਕਰਨਾ ਚਾਹੀਦਾ ਮੈਂ ਨਵੇਂ ਪੂਰ ਦੇ ਗੀਤਕਾਰਾਂ ਗਾਇਕਾਂ ਨੂੰ ਵੀ ਕਹਿੰਦਾ ਹੁੰਦਾ ਵੀ ਅੱਜ ਤੁਸੀਂ 25-25 26-26 ਵਰਿਆਂ ਦੇ ਆ ਪਰ ਸਾਰੀ ਉਮਰ 25 ਤੇ ਥੋੜ੍ਹੀ ਖੜੇ ਰਹੋਗੇ 56 ਦੇ ਵੀ ਹੋਵੋਗੇ ਜਿਉਂਦੇ ਰਹੇ 66 ਤੇ ਵੀ ਹੋਵੋਗੇ 76 ਤੇ ਵੀ ਹੋਵੋਗੇ ਤੁਸੀਂ ਵੀ ਜਿਵੇਂ ਇਹ ਗੱਲ ਕਹੀ ਸੀ ਕਿ ਕੁਝ ਕੁ ਗੀਤ ਇਹੋ ਜਿਹੇ ਲਿਖੇ ਗਏ ਜਿਹੜੇ ਮਨ ਦੇ ਵਿੱਚ ਅੱਜ ਕਈ ਸਵਾਲ ਪੈਦਾ ਕਰਦੇ ਆ ਕੋਈ ਇਹੋ ਜਿਹਾ ਇੱਕ ਗੀਤ ਜਿਹੜਾ ਲਿਖਣ ਦਾ ਬੇਹੱਦ ਅਫਸੋਸ ਹੋਵੇ ਹੁਣ ਵੀ ਆਹ ਤਾਂ ਬਿਲਕੁਲ ਹੀ ਨਹੀਂ ਚਾਹੀਦਾ ਸੀ ਗਾਣਿਆਂ ਬਾਰੇ ਹੋਏਗਾ ਪਰ ਮੈਂ ਖਾਸ ਕੋਈ ਮੈਨੂੰ ਲੱਗਦਾ ਨਹੀਂ ਕਿ ਹੁਣ ਮੇਰੇ ਦਿਮਾਗ 'ਚ ਰਹਿ ਗਿਆ ਹੋਊਗਾ ਪਰ ਮੈਂ ਵਿਚਾਰਿਆ ਜ਼ਰੂਰ ਪਤਾ ਕੀ ਹੁੰਦਾ ਹੈ ਇਕੱਲਾ ਅਸੀਂ ਸ਼ਬਦਾਵਲੀ ਵੀ ਅਸ਼ਲੀਲ ਸ਼ਬਦਾਵਲੀ ਦੀ ਗੱਲ ਨਹੀਂ ਕਰਦੇ ਕਿ ਅਗੀਤ ਵੀ ਹੁੰਦਾ ਗੀਤ ਹੁੰਦਾ ਹੀ ਨਹੀਂ ਗਾ ਹੈ ਵੀ ਅੱਜ ਕੱਲ੍ਹ ਇਹ ਵੀ ਚੱਲਦਾ ਪਿਆ ਨਾ ਤਾਂ ਮੈਨੂੰ ਕਈ ਹੁੰਦਾ ਨਾ ਕਈ ਉਹਨਾਂ ਨੂੰ ਆਖਦੇ ਹੁਣ ਮਿਸਾਲ ਦੇ ਤੌਰ 'ਤੇ ਕਿਉਂਕਿ ਉਹ ਗਾਣਾ ਮੈਨੂੰ ਲੋਕ ਕਹਿੰਦੇ ਬਹੁਤ ਅੱਛਾ ਹੈ ਮੈਨੂੰ ਲੱਗਿਆ ਸੀ ਸੀ ਨਾ ਬੜੀ ਪੁਰਾਣਾ ਗਾਣਾ ਹੈਗਾ ਉਹ ਬੜਾ ਲੋਕਾਂ ਨੇ ਸਲਾਹਿਆ ਉਹ ਸੀ ਮੁੱਖੜਾ ਉਹਦਾ ਬੜਾ ਅਜੀਬ ਤਰ੍ਹਾਂ ਦਾ ਸੀ ਹਾਂ ਵਿਆਹ ਤੋਂ ਪਿੱਛੋਂ 3-4 ਸਾਲ ਬਾਅਦ ਮੁੰਡੇ ਜੰਮੇ ਦੀਆਂ ਮਿਲਣ ਵਧਾਈਆਂ ਜਦੋਂ ਦੀ ਜਗੀਰੋ ਜੰਪੀ ਕਹਿੰਦੇ ਜੋੜ ਵੱਜੀਆਂ ਲੜਾਈਆਂ ਅੱਛਾ ਵਿੱਚ ਜਾ ਕੇ ਬੜਾ ਵਧੀਆ ਸੀ ਇਹਦੇ ਵੀ ਕਬੀਲਦਾਰੀ ਦਾ ਹੁੰਦਾ ਕੀ ਆ ਪਰ ਵਿੱਚ ਜਾ ਕੇ ਮੈਂ ਪੂਰਾ ਕਰ ਲਿਆ ਸੀ ਉੱਥੇ ਪਤਾ ਹਿੱਲੇ ਜਾਂਦਾ ਸੀਗਾ ਨਾ ਕਿ ਪਤਾ ਨਹੀਂ ਜਦ ਅਸੀਂ ਜੱਟ ਬੂਟ ਜਦੋਂ ਨਵੇਂ ਵਿਆਹੇ ਹੁੰਦੇ ਹਾਂ ਜਾਂ ਵਧਾਏ ਜਾਣੇ ਅਸੀਂ ਮੇਲੇ ਆਏ ਹੁੰਦੇ ਹਾਂ ਹੁਣ ਮੂੰਹ ਤੋਂ ਮੱਖੀ ਇਹਨਾਂ ਉੱਡਣ ਉਡਾਈਆਂ ਇਸ ਤਰ੍ਹਾਂ ਦਾ ਸੀਗਾ ਬਿਲ ਪਛਤਾਵਾ ਵੀ ਆ ਮੈਨੂੰ ਇਸ ਤਰ੍ਹਾਂ ਦਾ ਮੁੱਖੜਾ ਨਾਂ ਵੀ ਲਿਖਦੇ ਪਛਤਾਵਾ ਵੀ ਫਿਰ ਵੀ ਚੱਲ ਜਾਂਦਾ ਹੁਣ ਦੇਖੋ ਉਹਦੇ ਦੱਸਦਾ ਇੱਕ ਸੀਗਾ ਕਿ ਮਸਾਂ ਆਈਏ ਮਿਲਾਪਾਂ ਵਾਲੀ ਰਾਤ 94 ਅੱਛਾ ਮੁੱਖੜੇ ਤੋਂ ਲੱਗੂਗਾ ਕੁਛ ਹੋਰ ਤਰ੍ਹਾਂ ਦਾ ਗਾਣਾ ਪਰ ਸੁਣੋਗੇ ਜਦੋਂ ਤੱਕ ਜਸਟੀਫਾਈ ਹੋ ਜਾਏਗਾ ਮਸਾਂ ਆਈਏ ਮਿਲਾਪਾਂ ਵਾਲੀ ਰਾਤ 94 ਅੱਜ ਰੱਜ ਕੇ ਕਰਾਂਗੇ ਗੱਲਬਾਤ 94 ਬੜੇ ਚਿਰਾਂ ਤੋਂ ਉਡੀਕਾਂ ਤੇਰੇ ਆਉਣ ਦੀਆਂ ਵੀ ਤੈਨੂੰ ਪੈ ਗਈਆਂ ਕਾਲੀਆਂ ਸੌਣ ਦੀਆਂ ਦੇ ਕੇ ਪਟਦਾ ਸਰਾੜਾ ਪੱਖੀ ਚੱਲਦੀ ਰਹੀ ਮੇਰੇ ਸੀਨੇ 'ਤੇ ਦੋ ਤਾਰੇ ਆ ਰਹੀ ਚੱਲਦੀ ਰਹੀ ਹੋਈਆਂ ਹਿੰਮਤਾਂ ਨਾਲ ਢੋਲ ਜਗਾਉਣ ਦੀਆਂ ਵੀ ਤੈਨੂੰ ਪੈ ਗਈਆਂ ਕਾਲੀਆਂ ਸੌਣ ਦੀਆਂ ਤੇ ਸੀਗਾ ਚਲੋ ਹੋਏਗਾ ਸਕਾਇਆ ਲੰਮੀ ਵਾਟ ਦਾ ਚੰਨਾ ਫੌਜੀ ਹੁੰਦੇ ਸੀ ਇੱਕ ਲੂਹੀ ਦੀ ਕਲੇਜਾ ਮੇਰਾ ਪਾਟ ਦਾ ਚੰਨਾ ਕੌਣ ਸੁਣੂਗੇ ਸ਼ਿਕਾਇਤਾਂ ਤੇਰੇ ਆਉਣ ਤੇਰੀ ਕੌਣ ਦੀਗਾ ਵੀ ਤੈਨੂੰ ਪੈ ਗਈਆਂ ਕਾਲੀਆਂ ਸੌਣ ਦੀਆਂ ਇੱਕ ਜਜ਼ਬਾਤ ਹੈ ਕਿ ਇੱਕ ਬੰਦੇ ਦਾ ਨਾ ਜੋ ਤਕਰੀਬ ਹੈ ਮੈਨੂੰ ਯਾਦ ਹੈ ਜਹਾਜ਼ ਜਦੋਂ ਚਾੜਿਆ ਸੀ ਮੈਂ ਕਿਵੇਂ ਚੜ੍ਹਦੀ ਜਵਾਨੀ ਨੂੰ ਲਤਾੜਿਆ ਸੀ ਮੈਂ ਮੈਨੂੰ ਯਾਦ ਹੈ ਜਹਾਜ਼ ਜਦੋਂ ਚਾੜਿਆ ਸੀ ਮੈਂ ਕਿਵੇਂ ਚੜ੍ਹਦੀ ਜਵਾਨੀ ਨੂੰ ਲਤਾੜਿਆ ਸੀ ਮੈਂ ਅੰਮਾ ਨਾਲ ਗੱਲਾਂ ਐਵੇਂ ਬਾਕੀ ਮਨ ਸਮਝਾਉਣਦੀਆਂ ਕੁਛ ਇਸ ਤਰ੍ਹਾਂ ਦੀ ਗੱਲ ਸੀਗਾ ਠੀਕ ਹੈ ਨਾ ਉਹ ਮੈਨੂੰ ਲੱਗਿਆ ਵੀ ਹਾਂ ਗੱਲ ਜਿਹੜੀ ਨਾ ਬਈ ਕਾਹਦੀ ਥੋੜ੍ਹਾ ਜਿਹਾ ਕਿਵੇਂ ਨਾ ਸਟਾਰਟ 'ਚ ਲੱਗਦਾ ਬਈ ਇਹ ਪਤਾ ਨਹੀਂ ਕਿਸ ਪਾਸੇ ਨੂੰ ਜਾਂਦੀ ਹੈ ਹੈ ਤਾਂ ਹਾਲਾਂਕਿ ਅੱਗੇ ਜਾ ਕੇ ਆਪਾਂ ਗੱਲ ਕਰ ਲਈ ਹੈ ਕੁਝ ਪਛਤਾਵਾ ਹੁੰਦਾ ਪਰ ਵੀ ਇਹਨੂੰ ਯਾਰ ਹੋਰ ਸਟਰਗ ਨਾਲ ਮੈਂ ਕਰ ਸਕਦਾ ਸੀਗਾ ਸੌਖਾ ਕੀਤਾ ਹੈਗਾ ਅਣਜਾਣਪੁਣੇ ਦੇ ਵਿੱਚ ਹੀ ਨਹੀਂ ਅਣਜਾਣਪੁਣੇ ਨਹੀਂ ਜਾਣ ਕੇ ਕਿਤੇ ਅਣਜਾਣਪੁਣੇ 'ਚ ਨਹੀਂ ਹੋਏ ਗਣ ਜਾਣ ਦੇ ਜਾਣ ਕੇ ਲਿਖੇ ਨੇ ਉਹ ਇਹ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਹੈਗੇ ਕਿ ਵੀ ਤੁਸੀਂ ਵੱਡੇ ਵੀ ਹੋਣਾ ਉਦੋਂ ਮੈਨੂੰ ਵੱਡੀ ਗੱਲ ਪਤਾ ਕੀ ਰਹੀ ਇੱਕ ਤਾਂ ਮੈਂ ਜਮਾਂਦਰੂ ਹੀ ਸਰਪੰਚ ਬਣ ਗਿਆ ਕਾਲਜ ਪੜ੍ਹਦਾ ਮੈਂ ਸਰਪੰਚ ਬਣ ਗਿਆ 19-20 ਅੰਡਰ ਏਜ ਸੀਗਾ ਉਹ ਇੱਕ ਜ਼ਿੰਮੇਵਾਰੀ ਜਿਹੜੀ ਹੈ ਨਾ ਉਹਨੇ ਮੇਰੇ 'ਤੇ ਲਾਈ ਰੱਖੀ ਪਾਬੰਦੀ ਆਪਣੇ ਆਪ ਹੀ ਜੋ ਸਮਾਜਿਕ ਪਾਬੰਦੀ ਹੈਗੀ ਆ ਇਸ ਵਾਸਤੇ ਮੈਂ ਥੋੜ੍ਹਾ ਜਿਹਾ ਉਸ ਤੋਂ ਨਾ
ਜਿਹੜੀ ਉਮਰ ਦਾ ਤਕਾਜ਼ਾ ਉਹਦੇ ਵਿੱਚ ਗੁਰੇਜ਼ ਕਰਦਾ ਰਿਹਾ, ਜੋ ਕਿ ਹੈ ਗੱਲ ਤਾਂ ਉਹ ਸਮਾਜ ਵਿੱਚ ਸੱਚੀ ਹੋਏਗੀ। ਤਾਂ ਇਸ ਵਾਸਤੇ ਮੈਂ ਬਹੁਤ ਆਏ ਜਾਂ ਕੁਛ ਨਹੀਂ, ਮੈਨੂੰ ਪਛਤਾਵਾ ਜ਼ਿਆਦਾ ਗਾਣਿਆਂ 'ਤੇ ਨਹੀਂ। ਪਰ ਜੇ ਆਪਾਂ ਗੱਲ ਕਰੀਏ, ਬਹੁਤ ਸਾਰੇ ਗੀਤਕਾਰ ਦੋ ਅਰਥੀ ਗੀਤ ਲਿਖਦੇ ਰਹੇ ਨੇ, ਪਰ ਉਹ ਵੇਲਾ ਸੀ ਜਦੋਂ ਕਿ ਉਹ ਜਿਹੜੇ ਦੋ ਅਰਥੀ ਗੀਤ ਸੀ ਉਹ ਤੁਹਾਡੇ ਕਮਰਿਆਂ ਤੱਕ ਨਹੀਂ ਸੀ ਪਹੁੰਚੇ। ਜੇ ਕੋਈ ਸੁਣਦਾ ਵੀ ਸੀ ਤਾਂ ਕਿਸੇ ਨੇ ਟਰੈਕਟਰ 'ਤੇ ਲਾ ਕੇ ਸੁਣ ਲੈਣਾ, ਆਪਣੀ ਮੋਟਰ 'ਤੇ ਜਾ ਕੇ ਸੁਣ ਲੈਣਾ, ਤੁਹਾਡੇ ਘਰਾਂ ਤੱਕ ਉਹ ਗੀਤ ਨਹੀਂ ਸੀ ਪਹੁੰਚੇ। ਪਰ ਅੱਜ ਦੇ ਸਮੇਂ 'ਚ ਉਹ ਗੀਤ ਇਹੋ ਜਿਹੇ, ਇੱਕ ਤਾਂ ਦੋ ਅਰਥੇ ਗੀਤ ਜਿਹੜੇ ਉਹਨਾਂ ਦੀ ਤਾਦਾਦ ਵੱਧ ਗਈ, ਇੱਕ ਹਰੇਕ ਬੰਨੇ ਔਰਤ ਦੇ ਸਤਿਕਾਰ ਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਇਹ ਜਿਹੜਾ ਹੁਣ ਬਿਲਕੁਲ ਹੀ ਦੌਰ ਬਦਲ ਗਿਆ ਵੀ ਤੁਹਾਡੇ ਕਮਰਿਆਂ ਦੇ ਵਿੱਚ ਵੀ, ਤੁਹਾਡੇ ਘਰ ਦੇ ਵਿੱਚ ਵੀ, ਟੀ ਵੀ ਦੇ ਉੱਪਰ ਇਹੋ ਜਿਹੇ ਦੋ ਅਰਥੀ ਗੀਤ ਚੱਲਦੇ ਨੇ ਸਾਰਿਆਂ ਦੇ ਵਿੱਚ, ਇਹ ਸਮਾਂ ਕਿੱਥੇ ਕੁ ਜਾ ਕੇ ਤੁਸੀਂ ਮੰਨਦੇ ਹੋ ਜਾ ਕੇ ਰੁਕਣ? ਦੇਖੋ, ਇੱਕ ਤਾਂ ਵੈਸੇ ਦੱਸਾਂ ਨਾ, ਇਹ ਬਿਲਕੁਲ ਸੱਚੀ ਗੱਲ ਹੈ ਕਿ ਮੈਂ ਹੁਣ ਗਾਣੇ ਸੁਣਦਾ ਹੀ ਨਹੀਂ ਜੀ, ਟੀ ਵੀ ਨਹੀਂ ਸੁਣਦੀ। ਪਹਿਲਾਂ ਵੀ ਜਿਹੜੇ ਕੁਝ ਲਿਖਦੇ ਸੀ ਨਾ, ਇੱਕ ਤਾਂ ਹੁੰਦਾ ਪਿਆਰ ਮੁਹੱਬਤ ਰੂਹਾਨੀ ਗੱਲ ਜੀ, ਉਹ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਨੇ, ਮੈਨੂੰ ਐਂ ਲੱਗਦਾ ਇਹ ਜਿਵੇਂ ਨਜਾਇਜ਼ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਹੁੰਦੇ, ਪਿਆਰ ਮੁਹੱਬਤ ਨਜਾਇਜ਼ ਤਾਲੁਕਾਤ ਹੁੰਦੇ ਨੇ, ਜਿਵੇਂ ਉਸ ਤਰ੍ਹਾਂ ਕਹੂੰ ਉਹ ਸ਼ਬਦਾਵਲੀ ਹੁੰਦੀ ਤੁਹਾਡੀ, ਉਹ ਸ਼ਬਦਾਵਲੀ ਥੋੜ੍ਹੀ ਜਿਹੀ ਗੱਲ ਹੁੰਦੀ ਆ, ਉਹਨੂੰ ਐਂ ਬਣਾ ਦਿੰਦੀ ਆ, ਥੋੜ੍ਹੀ ਜਿਹੀ ਗੱਲ ਹੋਈ ਉਹਨੂੰ ਪਵਿੱਤਰ, ਇੱਕ ਹੁੰਦੀ ਰਿਸ਼ਤਿਆਂ ਦੀ ਪਵਿੱਤਰਤਾ, ਇੱਕ ਹੁੰਦੀ ਅਪਵਿੱਤਰਤਾ। ਕਿਉਂਕਿ ਲਿਖਣ ਵਾਲੇ ਦੀ ਜਿੱਥੇ ਨੀਅਤ ਮਾੜੀ ਹੈ ਨਾ, ਕਈ ਵਾਰੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਜਿਹਦੇ ਤੁਸੀਂ ਲਫਜ਼ਾਂ 'ਤੇ ਸ਼ਲੀਲ ਕਹਿ ਸਕਦੇ ਹੋ, ਉਹ ਸ਼ਲੀਲ ਨਹੀਂ। ਜਿੱਥੇ ਨੀਅਤ ਸਾਫ਼ ਆ ਨਾ ਲਿਖਣ ਵਾਲੇ ਦੀ, ਉੱਥੇ ਉਹ ਸ਼ਲੀਲ ਤਾਰੀ ਗਈ। ਜਿੱਥੇ ਨੀਅਤ ਖਰਾਬ ਹੈ ਨਾ, ਉਹ ਫਿਰ ਉੱਥੇ ਤੁਹਾਡਾ ਭਾਵੇਂ ਸ਼ਬਦਾਵਲੀ ਭਾਵੇਂ ਕੁਛ ਦੀ ਕੁਛ ਵਰਤੇ, ਹਾਂਜੀ, ਉਹ ਨੀਅਤ ਤੁਹਾਡੀ ਲਿਖਣ ਕੇ ਬਾਹਰ ਆ ਜਾਏਗੀ। ਉਹ ਤੁਸੀਂ ਵੀ ਫੜਦੇ ਹੋ, ਜਾਣਦੇ ਹੋ, ਮੈਂ ਵੀ ਫੜ ਲਾਂ, ਔਰ ਹਰ ਬੰਦਾ ਹੀ ਪੜ੍ਹ ਲਏਗਾ ਕਿ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਗੱਲ ਗਲਤ ਹੈਗੀ ਆ, ਇਹ ਸਰ ਪਤਾ ਹੁੰਦਾ ਬਿਲਕੁਲ। ਪਰ ਅਸੀਂ ਤਾਂ ਵੀ ਕਿਤੇ ਨਾ ਕਿਤੇ ਜਦੋਂ, ਪਤਾ ਕੀ ਅਸਲ ਦੇ ਵਿੱਚ ਗੱਲ ਇਹ ਆ ਵੀ ਜਦੋਂ ਵੀ ਕਿਤੇ ਆਪਾਂ ਇਹੋ ਜਿਹੇ ਗੀਤਾਂ ਦੀ ਗੱਲ ਕਰਦੇ ਹਾਂ, ਜੇ ਆਪਾਂ ਨੌਜਵਾਨ ਪੀੜ੍ਹੀ ਦੇ ਮੂਹਰੇ ਇਹੋ ਜਿਹੇ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਉਹ ਇਸ ਚੀਜ਼ ਨੂੰ ਸਵੀਕਾਰਦੇ ਨਹੀਂ ਹੈਗੇ। ਉਹ ਇਹ ਕਹਿੰਦੇ ਨੇ ਵੀ ਤੁਸੀਂ ਗਲਤ ਹੋ, ਗਾਣੇ ਤਾਂ ਇਹੋ ਜਿਹੇ ਚੱਲਦੇ ਨੇ, ਤੁਹਾਡੀ ਸੋਚ ਗਲਤ ਹੈ ਵੀ ਤੁਸੀਂ ਇਹਨਾਂ ਨੂੰ ਮਾੜਾ ਕਹਿੰਦੇ ਹੋ। ਅੱਜ ਕੱਲ੍ਹ ਤਾਂ ਲੋਕ ਇਹੋ ਜਿਹੇ ਸੁਣਦੇ ਨੇ, ਲਿਖਣ ਵਾਲੇ ਕਹਿੰਦੇ ਆ, ਲਿਖਣ ਵਾਲੇ ਵੀ, ਗਾਉਣ ਵਾਲੇ ਵੀ ਜੀ, ਤੇ ਫਿਰ ਤੁਹਾਨੂੰ ਪੈਸੇ ਕਿਉਂ ਦਿੰਦਾ ਕੋਈ? ਫਿਰ ਤੂੰ ਪੱਲੇ ਕਿਉਂ ਲੈਂਦੇ ਲੋਕ ਗਾਉਣ ਵਾਲਿਆਂ ਤੋਂ ਵੀ ਲੈਂਦੇ, ਫਿਰ ਤੁਹਾਨੂੰ ਦਿੰਦੇ ਕਾਹ ਤੋਂ ਨੀ ਗਏ? ਲੋਕ ਤਾਂ ਝੋਲੀਆਂ ਭਰ ਦਿੰਦੇ ਨੇ, ਲੋਕ ਤਾਂ ਝੋਲੀਆਂ ਭਰ ਦਿੰਦੇ ਨੇ, ਫਿਰ ਤੁਹਾਨੂੰ ਜੇ ਤੁਸੀਂ ਕੀਮਤ, ਫਿਰ ਤੁਹਾਨੂੰ ਕੀਮਤ ਕਿਉਂ ਨੀ ਮਿਲਦੀ? ਤੁਸੀਂ ਕੀਮਤ ਵਾਲੀ ਗੱਲ ਨਹੀਂ ਕੀਤੀ, ਤੁਸੀਂ ਕੀਮਤੀ ਗੱਲ ਨਹੀਂ ਕੀਤੀ ਗੀ, ਸਮਝੋ ਨਾ। ਇਸ ਵਾਸਤੇ ਮੈਂ ਨਹੀਂ ਮੰਨਦਾ ਗਿਆ ਵੀ ਲੋਕ ਤਾਂ ਐਵੇਂ ਕਹਿੰਦੇ, ਲੋਕ ਕਿੱਥੇ ਕਹਿੰਦੇ ਆ, ਕੌਣ ਕਹਿਣ ਆਉਂਦਾ ਕਿਸੇ ਨੂੰ, ਕੌਣ ਕਹਿਣ ਆਉਂਦਾ? ਜੇ ਕਹਿਣ ਆਉਂਦਾ ਹੋਵੇ, ਅੱਜ ਵੇਖੋ, ਅੱਜ ਸਟੇਜ, ਅੱਜ ਆਪਾਂ 2018 'ਚ ਬੈਠੇ ਹਾਂ, ਸਟੇਜ 'ਤੇ ਖੁੱਲ੍ਹ ਕੇ ਸ਼ਰੇਆਮ ਗੁਰਦਾਸ ਵਿੱਚ ਗਾਈ ਜਾਂਦਾ, ਹਰਭਜਨ ਗਾਈ ਜਾਂਦਾ, ਮੁਹੰਮਦ ਸਦੀਕ ਅੱਜ ਵੀ ਡੇਰ ਵਿਹਲਾ ਨਹੀਂ ਬੈਠਦਾ ਗਾ, ਹੈ ਜੀ। ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਜ਼ਿਆਦਾ ਜਿਹੜੇ ਆ ਹਾਂ ਕੁਛ ਲਿਖਦੇ ਨੇ, ਕਿਉਂਕਿ ਸੁਣਨਾ ਬਹੁਤ ਔਖਾ ਹੈਗਾ। ਅਸੀਂ ਵੇਖੋ ਕੀ ਹੈ ਸਾਡਾ ਸਮਾਜ, ਧੀਆਂ ਭੈਣਾਂ ਵਾਲਾ, ਜੇ ਸਾਡਾ ਜੀਵਤ ਸਾਰਾ ਪੰਜਾਬੀ ਸਮਾਜ ਹੀ ਹੋਰ ਤਰ੍ਹਾਂ ਦਾ ਹੈ ਵੀ ਅਸੀਂ ਘੁੱਡ ਕੱਢਣ। ਮੈਨੂੰ ਯਾਦ ਹੈ ਕਿ ਜਦੋਂ ਘੁੱਡ ਛੱਡਿਆ ਹੋਊ ਨਾ ਕਿਸੇ ਨੇ, ਘੁੱਡ ਕੱਢਦੇ ਪਹਿਲਾਂ, ਉਹ ਵੀ ਸ਼ਲੀਲ ਸੀਗਾ ਕੋਈ ਵਕਤ ਸੀ, ਅੱਜ ਉਹਦਾ ਇੰਨਾ ਖੁੱਲ੍ਹਾ ਨਹੀਂ ਜਿੰਨਾ ਜਿਹੜਾ ਗੀਤਾਂ 'ਚ ਵੇਖਦੇ ਆ ਨਾ, ਇੰਨਾ ਕੁਛ ਹੈ ਨਹੀਂ ਗਾ ਲੈਣ ਵਾਲਾ। ਇਹ ਜਿਹੜੇ ਨਾ ਆਪਦੀ ਜਸਟੀਫਾਈ ਕਰੀ ਜਾਣਾ, ਕੋਈ ਲੋਕ ਆ ਚਾਹੁੰਦੇ ਆ, ਲੋਕ ਤੁਹਾਨੂੰ ਕਿਹੜਾ ਆਖਣ ਆਉਂਦਾ ਇੱਥੇ? ਲੋਕ ਤਾਂ ਤਾਂ ਮੰਨੀਏ ਕਿ ਲੋਕ ਤੁਹਾਨੂੰ ਪੈਸੇ ਦਿੰਦੇ ਉੱਡਦਾ, ਆਹ ਫੜੋ ਤੁਹਾਨੂੰ, ਤੁਸੀਂ ਗਾਈ ਜਾਣਾ, ਲੋਟ ਬਣਾ ਲਓ ਜੀ, ਲਓ 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 ਕਰਕੇ, ਉਹ ਤਾਂ ਕੋਈ ਨੇੜੇ ਨਹੀਂ ਢੁਕਦਾ ਤੁਹਾਡੇ। ਵਾਕਈ ਇਹ ਬਾਤ ਨਹੀਂ, ਝੂਠ ਬੋਲਦੇ ਨੇ ਲੋਕ। ਆਪਾਂ ਇੱਥੇ ਇੱਕ ਛੋਟਾ ਜਿਹਾ ਵਕਫਾ ਲੈ ਲਈਏ ਤੇ ਬਾਕੀ ਦੀ ਗੱਲ ਫਿਰ ਅੱਗੇ ਕਰਦੇ ਹਾਂ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਮਾਨ ਸਾਹਿਬ, ਜੇ ਕੁੱਲ ਪੜਚੋਲ ਕਰਨੀ ਹੋਵੇ ਤੁਹਾਡੇ ਗੀਤਾਂ ਦੀ, ਤੁਹਾਡੇ ਸਫ਼ਰ ਦੀ, ਤਾਂ ਇੱਕ ਤਾਂ ਉਹ ਦੌਰ ਹੋ ਗਿਆ ਜਦੋਂ ਹਰਚਰਨ ਗਰੇਵਾਲ, ਸਵਰਨ ਲਤਾ, ਸਦੀਕ, ਰਣਜੀਤ ਕੌਰ, ਗੁਰਚਰਨ ਭੋਲੀ, ਪੰਮੀ ਭੋਲੀ, ਬਿਲਕੁਲ ਨਰਿੰਦਰ ਬੀਬਾ ਜੀ, ਉਸ ਤੋਂ ਬਾਅਦ ਜਿਹੜਾ ਪੂਰ ਆ ਜਾਂਦਾ, ਹੰਸਰਾਜ ਹੰਸ, ਸਰਦੂਣ ਸਿਕੰਦਰ, ਦਿਲਸ਼ਾਦ ਅਖਤਰ ਉਹਦੇ 'ਚ ਆ ਜਾਂਦਾ, ਹਾਂ ਬਿਲਕੁਲ, ਫਿਰ ਉਸ ਤੋਂ ਬਾਅਦ ਆ ਜਾਂਦੇ ਹਰਭਜਨ ਮਾਨ ਹੋਰੀ, ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਉਸ ਤੋਂ ਬਾਅਦ ਵਾਲੇ ਪੂਰਦੇ ਆ, ਤੁਹਾਡੇ ਖਿਆਲ ਦੇ ਮੁਤਾਬਕ ਤੁਹਾਡੀ ਕਸਵੱਟੀ ਦੇ ਉੱਤੇ ਖਰਾ ਕੌਣ ਉਤਰਦਾ ਰਿਹਾ? ਨਹੀਂ, ਕਿਸਵੱਟੀ ਦੇ ਤਾਂ ਤਕਰੀਬਨ
ਜੋ ਕੁਛ ਮੈਂ ਕਰਵਾਇਆ ਸਾਰੇ ਉੱਤਰਦੇ ਤਾਂ ਹੀ ਉਹਨਾਂ ਨਾਲ ਕੰਮ ਕਰੀਦਾ। ਪਰ ਕਈ ਵਾਰੀ ਹੁੰਦਾ ਨਾ ਵੀ ਜਿਹਨਾਂ ਨਾਲ ਜ਼ਿਆਦਾ ਸੰਬੰਧ ਹੋ ਜਾਵੇ, ਠੀਕ ਹੈ ਨਾ, ਤਾਂ ਉਹਨਾਂ ਨਾਲ ਕੁਛ ਥੋੜ੍ਹਾ ਜਿਹਾ ਸਹਿਜ ਮਹਿਸੂਸ ਕਰੀਦਾ। ਜਿਸ ਤਰ੍ਹਾਂ ਉਹ ਜਿਸ ਤਰ੍ਹਾਂ ਦੇ ਗਾਣਿਆਂ 'ਤੇ ਵੀ ਡਿਪੈਂਡ ਹੁੰਦਾ, ਕਿਉਂਕਿ ਆਪੋ ਆਪਣੇ ਸਿੰਗਰ ਦੀ ਆਪੋ ਆਪਣੀ ਪਸੰਦ ਹੁੰਦੀ, ਆਪੋ ਆਪਣੀ ਰੇਂਜ ਹੁੰਦੀ ਹੈ। ਕੁਛ ਗਾਣੇ ਜੋ ਸਦੀਕ ਹੋਰੀ ਗਾ ਗਏ ਨੇ ਉਹ ਬਹੁਤ ਵਧੀਆ ਗਾ ਗਏ ਨੇ, ਜੂਠ ਹੋਇਆ ਜਿਹੜਾ ਹੁਣ ਦਿਲਸ਼ਾਦ ਅਖਤਰ ਕਈ ਗਾਣੇ ਮੇਰੇ ਜੋ ਮਨ ਵਿੱਚ ਵਸਣਾ ਸੱਜਣਾ ਵੀ ਰਹਿਣਾ ਅੱਖੀਆਂ ਤੋਂ ਦੂਰ, ਠੀਕ ਹੈ ਨਾ, ਹੋਰ ਬਹੁਤ ਸਾਰੇ ਗਾਣੇ ਦਿਲਸ਼ਾਦ ਬਹੁਤ ਹੀ ਵਧੀਆ ਗਾ ਗਿਆ। ਸੁਖਵਿੰਦਰ ਤਾਂ ਅੱਜ ਵੀ ਇੱਕ ਬੜਾ ਵੱਡਾ ਨਾਮ ਬਣ ਗਿਆ ਇੰਡਸਟਰੀ ਦਾ। ਹੁਣ ਸੁਖਵਿੰਦਰ ਦੇ ਕਈ ਗਾਣੇ ਤੁਸੀਂ ਥੋੜ੍ਹੇ ਨਹੀਂ ਹੋਣੇਗੇ, ਇੱਕ ਸੀ ਨਾ ਰੱਬਾ ਵੇ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਜਾਂ ਇੱਕ ਗਾਣਾ ਗਾਇਆ ਕਿਹੜੀ ਫਿਰ ਉਸ ਚਲਦੇ ਚਲਦੇ ਵਿੱਚ ਹੈਂ ਸੀਗਾ ਕਿ ਉਹ ਲਾਈ ਵੀ ਨਾ ਗਈ ਨਵਾਈ ਵੀ, ਹਾਂ ਮਾਮੇ ਨੇ ਮਾਰਦਾ ਜ਼ਹਿਰ ਮੈਨੂੰ ਸਾ ਤੇਰੀ ਮੇਰੀ ਉਹ ਟੁੱਟ ਗਈ ਟੁੱਟਿਆ ਬੰਦਾ ਤਾਰਾ। ਸੁਖਵਿੰਦਰ ਤਾਂ ਬਹੁਤ ਸੋਹਣਾ ਗਾਉਣ ਵਾਲਾ ਹੈ ਸਮਝਦੇ ਨਾ, ਅਤੇ ਹਰਭਜਨ ਦਾ ਆਪਣਾ ਇੱਕ ਰੰਗ ਹੈਗਾ, ਆਪਣਾ ਵੱਖਰਾ ਇੱਕ ਰੰਗ ਜਿਹਾ ਹੈਗਾ। ਇਸੇ ਤਰ੍ਹਾਂ ਹੰਸ ਰਾਜ ਦਾ ਔਰ ਸਰਦੂਲ ਵੀ ਇੱਕ ਜਿਹਨੂੰ ਕਹੀਏ ਅਸੀਂ ਕੁਛ ਵੀ ਗਾ ਸਕਦਾ ਉਹ ਸਰਦੂਲ, ਕੁਝ ਕੋਈ ਵੀ ਚੀਜ਼ ਦੇ ਦਿਓ ਉਹਨੂੰ ਬੜੇ ਜਿਸ ਤਰ੍ਹਾਂ ਲੋਕਾਂ ਨੂੰ ਵੱਖਰਾ ਗਾ ਸਕਦਾ ਹੈ। ਤਕਰੀਬਨ ਇਹਨਾਂ ਨਾਲ ਮੇਰਾ ਸਾਰਿਆਂ ਨਾਲ ਹੀ ਨਾ, ਇੱਕ ਮੰਗਲ ਨੇ ਵੀ ਬਹੁਤ ਸਾਰੇ ਮੇਰੇ ਗਾਣੇ ਗਾਏ, ਹੋਰ ਵੀ ਬਹੁਤ ਸਾਰੇ ਹੈਗੇ ਨੇ ਸਿੰਗਰ, ਪਰ ਇਸ ਜ਼ਿਕਰ ਯੋਗ ਜਿਹਨਾਂ ਨੇ ਨਾ ਉੱਭਰ ਕੇ ਸਾਹਮਣੇ ਆਉਂਦੇ ਨੇ ਨਾ, ਤਾਂ ਮੈਨੂੰ ਸਾਰਿਆਂ ਨਾਲ ਹੀ ਤਸੱਲੀ ਹੋਈ ਹੈ। ਕੋਈ ਇਹੋ ਜਿਹੀ ਘਾਟ ਮਹਿਸੂਸ ਕਰਦੇ ਹੋ ਕਿ ਆਹ ਕੰਮ ਜ਼ਰੂਰ ਕਰ ਲੈਣਾ ਚਾਹੀਦਾ ਜਿਹੜਾ ਹੁਣ ਤੱਕ ਨਹੀਂ ਕੀਤਾ? ਉਹ ਤਾਂ ਬਹੁਤ ਸਾਰੇ ਕੰਮ ਨੇ, ਉਹ ਤਾਂ ਮੈਨੂੰ ਲੱਗਦਾ ਉਹ ਰਹਿ ਜਾਣਗੇ, ਬਹੁਤ ਸਾਰੇ ਹੈਗੇ ਨੇ, ਪਰ ਇਹ ਮੇਰੇ ਜ਼ਿਹਨ ਵਿੱਚ ਕੁਛ ਚੀਜ਼ਾਂ ਨਾ ਕੁਛ ਜਿਸ ਤਰ੍ਹਾਂ ਮੈਂ ਅਪੇਰਾ ਕੀਤੇ ਸੀ ਨਾ, ਉਹ ਇੱਕ ਕਿਤਾਬ ਮੈਂ ਲਿਖੀ ਸੀ 1970 ਜੀ ਛਪੀ, ਸ਼ਾਇਦ ਤੁਸੀਂ ਪੜ੍ਹੀ ਰੇਸ਼ਮ। ਮੈਂ ਚਾਹੁੰਦਾ ਸਾਂ ਉਹਨੂੰ ਛੋਟੀਆਂ ਸਟੋਰੀਆਂ ਹੁੰਦੀਆਂ ਨੇ ਜਿਹੜੀਆਂ ਸਟੋਰੀਆਂ ਦੇ ਰੂਪ 'ਚ ਗਾਇਕ ਉਹ ਲਿਖੇ ਹੋਏ ਨੇ, ਉਹ ਰਿਕਾਰਡ ਨਹੀਂ ਹੋ ਸਕਦੇ ਕਿਉਂਕਿ ਲੰਬੇ ਥੋੜ੍ਹੇ ਸਮਾਂ ਚਾਹੁੰਦੇ ਨੇ, ਉਹ ਥੋੜ੍ਹੀ ਜਿਹੀ ਵੇਰੀਏਸ਼ਨ ਚਾਹੀਦੀ ਹੈ ਗਾਉਣ ਦੇ ਵਿੱਚ, ਜਿਸ ਤਰ੍ਹਾਂ ਉਹ ਸੀ ਨਾ, ਕਿਉਂਕਿ ਮੈਨੂੰ ਲਿਖਿਆ ਪਤਾ ਕਦੋਂ, ਮੈਂ ਪਹਿਲੇ ਮੌਕੇ ਜਦੋਂ ਰੇਸ਼ਮਾ ਨੂੰ ਗਾਉਂਦੇ ਸੁਣਿਆ ਲਾਈਨ ਥੋੜ੍ਹੀ ਜਿਹੀ, ਤਾਂ ਮੈਂ ਉਦੋਂ TV ਨਹੀਂ ਹੁੰਦਾ ਸੀ, ਰੇਡੀਓ ਸੀ, ਗਾ ਕੇ ਤੁਰ ਗਈ ਹਾਏ ਰੱਬਾ ਨਹੀਂ ਲੱਗਦਾ ਜੀ ਮੇਰਾ, ਇਕੱਲਾ ਇੱਕ ਲਫ਼ਜ਼ ਗਾ ਗਈ ਔਰ ਮੈਂ ਪੂਰੀ ਕਿਤਾਬ ਲਿਖਤੀ। ਕਿਆ ਬਾਤ ਹੈ, ਇੱਕ ਲਫ਼ਜ਼ ਤੇ ਪੂਰੀ ਕਿਤਾਬ ਲਿਖ ਦਿੱਤੀ। ਹਾਏ ਰੱਬਾ ਨਹੀਂ ਲੱਗਦਾ ਜੀ ਮੇਰਾ, ਇੱਕ ਜੀ ਬਾ ਜੋ ਨਹੀਂ ਉਹ ਜੀ ਲੱਗਦਾ, ਸਭ ਗੱਲਾਂ ਜਿਉਂਦੇ ਜੀ ਦੀਆਂ ਪਰ ਮੁੱਕਿਆਂ ਦਾ ਕੋਈ ਕੀ ਲੱਗਦਾ, ਭਾਵੇਂ ਰਿਸ਼ਤਾ ਸੀ ਦੋ ਰੂਹਾਂ ਦਾ, ਕੋਈ ਆਪਣਾ ਵੀ ਕੁਝ ਸੀ ਲੱਗਦਾ, ਮਨ ਵਰਜ ਰਿਹਾ ਮੈਂ ਹੜਕ ਰਿਹਾ ਮੈਂ ਵਰਜ ਰਿਹਾ, ਮਨ ਨਾ ਮੁੜਿਆ ਤਾਂ ਕੀ ਹੋਇਆ, ਜੋ ਅੰਤ ਹੁੰਦਾ ਪਰਛਾਵਿਆਂ ਦੇ ਨਾਲ ਖੇਡਣ ਦਾ ਉਹੀ ਹੋਇਆ। ਕੀ ਅੰਤ ਹੁੰਦਾ ਪਰਛਾਵਿਆਂ ਦੇ ਨਾਲ ਖੇਡਣ ਦਾ, ਪਰਛਾਵੇਂ ਫੜੇ ਨਹੀਂ ਜਾਂਦੇ, ਆਪਣਾ ਆਪ ਗਵਾ ਬੈਠੀ ਦਾ ਹੈ ਅਤੇ ਆਪਣਾ ਆਪਾਂ ਢੂੰਡਦਿਆਂ ਨੇ ਤਾਂ ਨਵਾਂ ਭੁਲੇਖਾ ਖਾ ਬੈਠੀ ਦਾ ਹੈ, ਅਤੇ ਆਪਣੇ ਆਪਣਾ ਆਪ ਗਵਾ ਬੈਠੀ ਦਾ ਹੈ, ਜੱਗ ਹੱਸਦਾ ਆਪਣੇ ਆਪ 'ਤੇ ਜੱਗ ਹੱਸਦਾ ਤਾਂ ਆਪਣੇ ਮਨ ਦੀਆਂ ਗਹਿਰਾਈਆਂ ਦੇ ਭੋਰੇ ਅੰਦਰ ਜਾ ਬੈਠੀ ਦਾ ਹੈ, ਭੋਰੇ ਤੋਂ ਵੀ ਉਸ ਭੋਰੇ 'ਚੋਂ ਸਿਸਕਦਿਆਂ ਇੱਕ ਹੂਕ ਸੁਣੀ ਦੀ, ਹਾਏ ਰੱਬਾ ਨਹੀਂ ਲਾਉਂਦਾ ਜੀ ਮੇਰਾ। ਫਿਰ ਕਹਿੰਦਾ ਮੈਂ ਹਾਂ ਜੋ ਉਜੜੀ ਜੂਹ ਹੈ, ਇਸ ਜੂਹ ਵਿੱਚ ਸੁੰਨਾ ਖੂਹ ਹੈ, ਇਸ ਖੂਹ ਦੀ ਮੌਤ ਜਿਹੀ ਚੁੱਪ ਵਿੱਚ ਇੱਕ ਵਿਛੜੀ ਰੂਹ ਕਰ ਲਾਉਂਦੀ ਹੈ, ਹਰ ਸਾਹ ਟਕੋਰਾ ਬੜ ਜਾਂਦਾ ਜਾਂ ਯਾਦ ਕਹਾਣੀ ਆਉਂਦੀ ਹੈ। ਇਸ ਤਰ੍ਹਾਂ ਤਾਂ ਕਿਸੇ ਲੰਬੀ ਕਹਾਣੀ ਹੈ, ਪੂਰੀ ਕਹਾਣੀ ਹੋਈ ਬੜੀ ਖੂਬਸੂਰਤ, ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਹੋਈਆਂ ਛੋਟੀ ਛੋਟੀਆਂ ਕਾਵਿਕ ਕਹਾਣੀਆਂ, ਉਹ ਮੇਰਾ ਮਨ ਸੀ ਵੀ ਉਹ ਰਿਕਾਰਡ ਹੋ ਜਾਂਦੀ ਹੈ। ਪਰ ਇੱਕ ਤੁਹਾਨੂੰ ਹੋਰ ਵੀ ਕੰਮ ਕਰਨਾ ਚਾਹੀਦਾ ਜਿਹੜਾ ਤੁਸੀਂ ਹਾਲੇ ਤੱਕ ਕਰ ਨਹੀਂ ਰਹੇ, ਆਪਣੇ ਗੀਤਕਾਰੀ ਦੇ ਸਫ਼ਰ ਨੂੰ ਲਿਖ ਨਹੀਂ ਰਹੇ, ਆਪਣੀ ਸਵੈ ਜੀਵਨੀ ਨਹੀਂ ਲਿਖ ਰਹੇ, ਇਹ ਵੀ ਰਹੇ ਬਹੁਤ ਵਾਰ ਤੁਹਾਨੂੰ ਬੇਨਤੀ ਕੀਤੀ, ਨਹੀਂ ਇਹ ਜ਼ਰੂਰ ਲਿਖੋ, ਪਤਾ ਨਹੀਂ ਮੈਨੂੰ ਨਾ ਜਦੋਂ ਕੀ ਹੁੰਦਾ ਨਾ, ਧੌਲ ਗੀਤ ਲਿਖਣਾ ਤਾਂ ਲੱਗਦਾ ਮੈਨੂੰ ਚੰਗਾ ਜੀ, ਜਦੋਂ ਹਾਂ ਕੁਝ ਲਿਖਣਾ ਨਾ ਆਪਣੇ ਬਾਰੇ ਤਾਂ ਉਦੋਂ ਬੜਾ ਪਤਾ ਨਹੀਂ ਇੱਕ ਚੀਜ਼ ਜੀ ਮਹਿਸੂਸ ਹੁੰਦੀ ਹੈ ਜੀ, ਉਹ ਮੇਰਾ ਲਿਖਣ ਮੇਰੇ ਕੋਲ ਆਏ ਲਿਖਣ ਆਏ ਲਿਖਣ ਵਾਲੇ ਮੇਰੇ ਕੋਲ ਨਿੰਦਰ ਆਇਆ ਬਹੁਤ ਦਿਨ ਪਹਿਲਾਂ, ਮੈਂ ਤੁਹਾਡੀ ਜੀਵਨੀ ਬਾਰੇ ਲਿਖਣਾ, ਮੈਂ ਨਾ ਯਾਰ ਕਿਸੇ ਹੋਰ ਬਾਰੇ ਲਿਖ ਲਓ, ਮੈਂ ਤਾਂ ਇਹ ਜ਼ਿੰਦਗੀ ਜਿਉਣੀ ਹੈ ਮੈਂ ਤਾਂ ਜ਼ਿੰਦਗੀ ਜਿਉਣੀ ਹੈ ਅਤੇ ਮੈਂ ਇਸੇ ਤਰ੍ਹਾਂ ਚਾਹੁੰਦਾ
ਬਈ ਆਪ ਲਿਖਣਾ ਕੋਈ ਹੋਰ ਹੀ ਲਿਖੇਦਾ ਬਾਅਦ ਚ ਲਿਖ ਲੂ ਕੋਈ ਗੱਲ ਹੀ ਤਸਵੀਰ ਅੱਖਾਂ ਮੂਹਰੇ ਆਉਂਦੀ ਗਈ। ਪਰ ਅੱਜ ਦੀ ਜੇ ਗੀਤਕਾਰੀ ਦੀ ਗੱਲ ਕੀਤੀ ਜਾਏ ਤਾਂ ਉਹ ਪਤਾ ਨੀ ਕਿਸੇ ਦੀ ਲੱਤ ਫੜੀ ਹੁੰਦੀ, ਕਿਸੇ ਦੀ ਬਾਂਹ, ਕੁਛ ਸਮਝ ਹੀ ਨਹੀਂ ਆਉਂਦਾ ਵੀ ਹੋਈ ਕੀ ਜਾਂਦਾ। ਤੇ ਇਹੋ ਜਿਹੇ ਗੀਤਕਾਰਾਂ ਦੀ ਉਮਰ ਵੀ ਬਹੁਤ ਛੋਟੀ ਹੁੰਦੀ ਹੈ। ਤੁਹਾਨੂੰ ਕੀ ਲੱਗਦਾ ਵੀ ਇਹ ਜੋ ਕੁਝ ਜੋ ਵਰਤਾਰਾ ਇਸ ਵੇਲੇ ਇਸ ਸਨਅਤ ਦੇ ਵਿੱਚ ਚੱਲ ਰਿਹਾ, ਜੋ ਸਾਡੇ ਗਾਇਕਾਵਾਂ ਦੇ ਨਾਲ, ਜੋ ਗਾਇਕ ਸਾਡੇ ਕਰ ਰਹੇ ਨੇ, ਜੋ ਸਾਡੀ ਗੀਤਕਾਰੀ ਕਰ ਰਹੀ ਹੈ, ਇਹ ਸਾਡਾ ਭਵਿੱਖ ਜਿਹੜਾ ਹੈ ਉਹ ਆਉਣ ਵਾਲਾ ਕਿਹੋ ਜਿਹਾ ਹੋਏਗਾ? ਸਮਾਂ ਸੁਨੇਹੇ ਦੇ ਰੂਪ ਚ ਭਵਿੱਖ ਤਾਂ ਕੋਈ ਏਡਾ ਅੱਛਾ ਨਹੀਂ ਲੱਗਦਾ ਜੀ ਇਸ ਜੇ ਇਹ ਚੱਲਦੇ ਰਹੇ ਤਾਂ ਜੀ। ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਪਹਿਲਾਂ ਸਭ ਤੋਂ ਪਹਿਲਾਂ ਵੀਡੀਓ ਬਣਾਉਂਦਾ ਦਿਮਾਗ 'ਚ, ਗਾਣਾ ਲਿਖਣਾ ਪਹਿਲਾਂ ਮੇਰੇ ਦਿਮਾਗ 'ਚ ਵੀਡੀਓ ਆ ਗਈ, ਫਿਰ ਮੈਂ ਗਾਣਾ ਲਿਖਣਾ ਸ਼ੁਰੂ ਕਰਦਾ ਜੀ। ਹੁਣ ਵੀਡੀਓ ਤਾਂ ਪਹਿਲਾਂ ਵੀ ਅੱਖ ਲੈਂਦੇ ਰਹੇ। ਸਭ ਤੋਂ ਵੱਡਾ ਨੁਕਸਾਨ ਜੇ ਕੀਤਾ ਨਾ ਸਾਡੇ ਵਿਜ਼ਨ ਨੇ ਮਾਰਿਆ ਸਾਰੇ ਸਮਾਜ ਨੂੰ। ਸਭ ਤੱਕ ਘਾਤਕ ਟੀ ਵੀ ਆਇਆ ਜੀ, ਜਦੋਂ ਦਾ ਟੀ ਵੀ ਆ ਗਿਆ ਨਾ ਵਿਖਾਵੇ ਦਾ ਆ ਗਿਆ, ਉਹ ਅੰਦਰੋਂ ਗਿਆ ਬੰਦਾ, ਅੰਦਰੋਂ ਮਰ ਗਿਆ ਬਾਹਰੋਂ ਜਿਉਂਦਾ। ਅੰਦਰਲੇ ਨੂੰ ਕੌਣ ਜਵਾਏਗਾ ਆ ਕੇ, ਕਿਵੇਂ ਜਾਗੇਗਾ ਉਹ ਜੀ? ਉਹ ਜ਼ਮੀਰ ਜਿਹੜੀ ਸੀ ਉਹ ਜ਼ਮੀਰ ਦੇ ਨਾਲ ਉਹ ਬੰਦਾ ਸੀਗਾ। ਬੰਦੇ 'ਚ ਮਰਦਿਆਂ ਮਰਦਿਆਂ ਜ਼ਮੀਰ ਮਰ ਗਈ, ਬੰਦਾ ਵੀ ਹੌਲੀ ਹੌਲੀ ਇੱਕ ਬੋਤਰਿਆ ਬਣਦਾ ਜਾਂਦਾ, ਤਸਵੀਰ ਦਾ ਜਾਂ ਵਿਜ਼ਨ ਦਾ ਕੰਮ ਰਹਿ ਗਿਆ ਇੱਕ। ਇਸ ਵਾਸਤੇ ਗਾਣਾ ਗਾਉਣ ਵਾਸਤੇ ਜਾਂ ਲੋਕਾਂ ਦੀ ਰੂਹ ਨੂੰ ਜੋੜਨ ਵਾਸਤੇ ਨਹੀਂ ਲਿਖਦੇ, ਵੀਡੀਓ ਬਣਾਉਣ ਵਾਸਤੇ ਲਿਖਦੇ ਆ। ਤੇ ਤੁਹਾਡੇ ਨਾਲ ਇੰਨੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ, ਇੰਨੇ ਵਿਚਾਰ ਵਟਾਂਦਰੇ ਕੀਤੇ, ਪਰ ਚੱਜ ਦੇ ਵਿਚਾਰ ਜਾ ਕੇ ਤੁਹਾਨੂੰ ਚੱਜ ਦੇ ਵਿਚਾਰ ਬਾਰੇ ਕੀ ਪ੍ਰਭਾਵ ਆ? ਚੱਜ ਦੇ ਵਿਚਾਰ ਬਾਰੇ ਬਹੁਤ ਵਧੀਆ ਪ੍ਰਭਾਵ। ਵੇਖੋ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿ ਮੇਰੇ ਕੋਲ ਬਹੁਤ ਸਾਰੇ ਬੰਦੇ ਆਉਂਦੇ ਨੇ ਜੀ ਅੱਜ ਕੱਲ੍ਹ, ਜਿਹੜੀ ਚੀਜ਼ ਮੈਂ ਤਕਰੀਬਨ ਸਭ ਨੂੰ ਹੱਥ ਬੰਨ ਦੇਣਾ, ਮੈਨੂੰ ਨਾ ਪਾਏ ਮੈਂ ਨਹੀਂ ਕਰਨਾ ਹੈਗਾ। ਅਤੇ ਚੱਜ ਦੇ ਵਿਚਾਰ ਬਾਰੇ ਮੇਰੇ ਇੰਨੇ ਚੰਗੇ ਵਿਚਾਰ ਆ, ਮੈਂ ਤੁਹਾਡੇ ਕੋਲ ਬੈਠਾ ਵੀ ਬਾਕੀ ਇਹਨੂੰ ਗਾਣੇ ਵਾਲਿਆਂ ਮੈਂ ਕੋਈ ਹੱਥ ਬੰਨ ਦੇਣਾ। ਬਹੁਤ ਅੱਛਾ ਤੁਹਾਡਾ ਚੱਜ ਦਾ ਵਿਚਾਰ ਹੈ, ਹੈਂ ਬਹੁਤ ਵਧੀਆ ਤੁਹਾਡਾ, ਅੱਛਾ ਪ੍ਰੋਗਰਾਮ ਜਾ ਰਿਹਾ। ਤਾਂ ਮੈਂ ਕਹਿੰਦਾ ਵੀ ਇਹ ਦਿਨ ਦੋਣੀ ਰਾਤ ਚੌਕੜੀ ਤਰੱਕੀ ਕਰੇ, ਮੇਰੀ ਆਸ਼ੀਰਵਾਦ ਤੁਹਾਡੇ ਨਾਲ, ਇਵੇਂ ਜਾਰੀ ਰੱਖੋ। ਵਾਹ ਸ਼ੁਕਰੀਆ, ਬਹੁਤ ਵਧੀਆ ਲੱਗਿਆ ਜੀ ਅੱਜ ਬਾਬੂ ਸਿੰਘ ਮਾਨ ਹੋਰਾਂ ਦੇ ਨਾਲ ਗੱਲਬਾਤ ਕਰਕੇ। ਤੁਸੀਂ ਵੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਇਓ, ਯੂਟਿਊਬ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਜਾਂ ਫਿਰ ਵਟਸਐਪ 'ਤੇ ਜਾ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਦੇ ਲਈ ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ, ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਫਿਰ ਤੋਂ ਤੁਹਾਨੂੰ ਕਸ਼ਟ ਦੇਵਾਂਗੇ ਅਤੇ ਤੁਹਾਡੇ ਨਾਲ ਆ ਕੇ ਗੱਲਾਂ ਬਾਤਾਂ ਢੇਰ ਸਾਰੀਆਂ ਕਰਾਂਗੇ। ਸੋ ਹੁਣ ਦੇ ਲਈ ਅਸੀਂ ਚੱਲਦੇ ਹਾਂ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਚੱਜ ਦਾ ਵਿਚਾਰ।